ਮੌਤ ਚਾਹੇ ਤੁਹਾਡੇ ਕਿਸੇ ਬਹੁਤ ਅਜ਼ੀਜ਼ ਦੀ ਹੋਵੇ ਤੁਹਾਡੇ ਮਾਪਿਓ ਚੋਂ ਕਿਸੇ ਦੀ ਹੋਵੇ ਜਾਂ ਤੁਹਾਡੇ ਹਮਸਫਰ ਦੀ ਹੋਵੇ ਰਪਨਾ ਕਰੇ ਹਨ ਤਾਂ ਮੈਨੂੰ ਲੱਗਦਾ ਮੌਤ ਦਾ ਦੁੱਖ ਇੱਕੋ ਜਿਹਾ ਹੁੰਦਾ ਆਪਦੇ ਹਮਸਫਰ ਜਾਣ ਦਾ ਦੁੱਖ ਕਿੰਨਾ ਕੋਏ ਆਪਾਂ ਇੰਨੀਆਂ ਚੀਜ਼ਾਂ ਤੋਂ ਅੰਦਾਜ਼ਾ ਲਾਉਣ ਲੱਗ ਜਾਂਦੇ ਆ ਕਿ ਇਹ ਮਤਲਬ ਹੁਣ ਕੱਪੜਿਆਂ ਦੇ ਰੰਗ ਫਿੱਕੇ ਹੋ ਗਏ ਨੇ ਇਨੇ ਵਾਲ ਕਲਰ ਕਰਨੇ ਛੱਡ ਦਿੱਤੇ ਨੇ ਜਾਂ ਫਿਰ ਇਹ ਖੁਸ਼ੀਆਂ ਦੇ ਤਮਿਆਂ ਦੇ ਮੌਕੇ ਤੇ ਨਹੀਂ ਸਜਣਾ ਛੱਡਤਾ ਉਹ ਚੀਜ਼ਾਂ ਨੇ ਜਿਹੜੀਆਂ ਮੈਨੂੰ ਐਂ ਲੱਗਦਾ ਵੀ ਅਸੀਂ ਸਿਰਫ ਇੱਕ ਬੰਦੇ ਦਾ ਸਿਵਾ ਨਹੀਂ ਬਾਲਦੇ ਅਸੀਂ ਜਿਹੜਾ ਜਿਉਂਦਾ ਉਹਦਾ ਸਿਵਾ ਅਸੀਂ ਰੋਜ਼ ਬਾਲਣ ਲੱਗ ਜਾਂਦੇ ਆਪਾਂ ਹਮੇਸ਼ਾ ਹੀ ਕਹਿੰਦੇ ਵੀ ਚਲ ਬੰਦੇ ਤਾਂ ਚੱਲ ਲੈਂਦੇ ਹੁੰਦੇ ਨੇ ਪਰ ਬੰਦੇ ਤਾਂ ਸਹਿ ਲੈਂਦੇ ਹੁੰਦੇ ਨੇ ਪਰ ਨਹੀਂ ਪਿੱਛੇ ਜੇ ਆਪਾਂ ਜਦੋਂ ਇੱਕ ਸ਼ੂਟ ਕਰਦੇ ਸੀ ਉੱਤੇ ਕੰਕਲ ਆਏ ਤੇ ਉਹ ਮੈਨੂੰ ਦੱਸ ਦਿੰਦਾ ਸੀ ਕਹਿੰਦੇ ਵੀ ਮੇਰੀ ਉਹ ਵੈਫ ਦੀ ਪੌਣ ਇੱਕ 2 ਸਾਲ ਪਹਿਲਾਂ ਡੈਥ ਹੋਈ ਹੈ ਨਾ ਤੇ ਉਹ ਇੰਨੀ ਕ ਗੱਲ ਕਰਕੇ ਕਿ ਅਸੀਂ ਆਪਾਂ ਪਹਿਲੀ ਵਾਰ ਮਿਲੇ ਸੀਗੇ ਉਹਨਾਂ ਨੂੰ ਦੇਉ ਇੰਨੀ ਗੱਲ ਕਹਿ ਕੇ ਹੀ ਰੋ ਪਏ ਉਸ ਸਾਰੀਆਂ ਜਿਹੜੀਆਂ ਕੁੜੀਆਂ ਪੜੀਆਂ ਲਿਖਿਆ ਨੇ ਉਸ ਤੋਂ ਬਾਅਦ ਨੌਕਰੀ ਕਰਦੇ ਨੇ ਲੋਕ ਤਾਂ ਉਹਨਾਂ ਬਾਰੇ ਵੀ ਗੱਲਾਂ ਕਰਦੇ ਨੇ ਵੀ ਲੈ ਇਹਨੂੰ ਕਿਹੜਾ ਕਿਸੇ ਤੋਂ ਮੰਗਣ ਦੀ ਜ਼ਰੂਰਤ ਆ ਹਨਾ ਇਹਨੂੰ ਕੀ ਔਖ ਹੋਈ ਉਹਦੇ ਮਰਨ ਤੋਂ ਬਾਅਦ ਹਰ ਸ਼ਗਨ ਵਿਹਾਰ ਚ ਸੀ ਉਹਨੂੰ ਪਿੱਛੇ ਧੱਕ ਦਿੰਨੇ ਚਾਹੇ ਉਹਦੇ ਖੁਦ ਦੇ ਹੀ ਨਿਆਣਿਆਂ ਦਾ ਵਿਆਹ ਕਿਉਂ ਨਾ ਹੋਵੇ ਇੱਕ ਔਰਤ ਤੇ ਉਹ ਪ੍ਰੈਸ਼ਰ ਹੁੰਦਾ ਸਮਾਜਿਕ ਦਬਾਅ ਹੁੰਦਾ ਆ ਤੇ ਬੰਦੇ ਦੇ ਉੱਪਰ ਮੈਨੂੰ ਲੱਗਦਾ ਆ ਪਾ ਸਮਾਜਿਕ ਨਾਲੋਂ ਆਪਾਂ ਮਾਨਸਿਕ ਦਬਾਅ ਜ਼ਿਆਦਾ ਬਣਾ ਕੇ ਰੱਖਦੇ ਆ ਡਾਕਟਰ ਮੰਜੂ ਵਰਮਾ ਨੂੰ ਆਪਾਂ ਮਿਲੇ ਸੀ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਵੀ ਬਾਦ ਮੇਰੀ ਇਹ ਮਜਬੂਰੀ ਬਣ ਗਈ ਸੀ ਵੀ ਮੈਨੂੰ ਬਿਨਾਂ ਕੰਮ ਤੋਂ ਵੀ ਆਪਣੇ ਨਿਆਣਿਆਂ ਨੂੰ ਆਪਣੇ ਨਾਲ ਲਿਜਾਣਾ ਪੈਂਦਾ ਸੀ ਬੰਦਾ ਬਹੁਤ ਔਖਾ ਆਪਣੇ ਆਪ ਨੂੰ ਸਮੇਟ ਕੇ ਉਸ ਮੌਕੇ ਕਾਰਜ ਕਰਦਾ ਤੁਰਿਆ ਫਿਰਦਾ ਹੁੰਦਾ ਹਨਾ ਪਰ ਤੁਸੀਂ ਇੱਕ ਆ ਕਿ ਸੜੀ ਜੀ ਗੱਲ ਕਹਿ ਕੇ ਹਨਾ ਵੀ ਜੇ ਅੱਜ ਉਹ ਹੁੰਦਾ ਸੋਸ਼ਲ ਵਿਖਰੇ ਸਾਰੇ ਦਰਸ਼ਕਾਂ ਨੂੰ ਮੈਂ ਗੁਰਦੀਪ ਗਰੇਵਲ ਸਵਾਗਤ ਕਰਦੀ ਆਂ ਉਮੀਦ ਹੈ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਪ੍ਰੋਗਰਾਮ ਗਲਤੀ ਗਲ ਦਾ ਇੱਕ ਨਵਾਂ ਐਪੀਸੋਡ ਲੈ ਕੇ ਮੈਂ ਗੁਰਦੀਪ ਗਰੇਵਲ ਅਤੇ ਹਮੇਸ਼ਣ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ ਅਸੀਂ ਦੋਵੇਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆਂ ਕਈ ਵਾਰੀ ਜਦੋਂ ਅਸੀਂ ਆਪਣੇ ਆਲੇ ਦੁਆਲੇ ਆਪਣੇ ਪਰਿਵਾਰਾਂ 'ਚ ਦੇਖਦੇ ਆਂ ਕਿਸੇ ਦਾ ਜਦੋਂ ਹਮਸਫਰ ਇਸ ਦੁਨੀਆ ਤੋਂ ਚਲੇ ਜਾਂਦਾ ਤਾਂ ਅਸੀਂ ਉਮੀਦ ਕਰਦੇ ਆਂ ਕਿ ਜਿਹੜਾ ਇਨਸਾਨ ਪਿੱਛੇ ਰਹਿ ਗਿਆ ਤਾਂ ਉਹਦੀ ਜ਼ਿੰਦਗੀ ਬੇਹੱਦ ਸਾਦੀ ਹੋਣੀ ਚਾਹੀਦੀ ਆ ਪਰ ਕਈ ਵਾਰ ਜਦੋਂ ਆਪਾਂ ਦੇਖਦੇ ਹਾਂ ਕਿ ਬੰਦਾ ਥੋੜੀ ਜਿਹੀ ਹਿੰਮਤ ਕਰਕੇ ਜਾਂ ਜ਼ਿੰਦਗੀ 'ਚ ਕਿਸੇ ਵੀ ਕਟਨਾ ਦੇ ਉੱਪਰ ਰੈਕਟ ਕਰਨ ਦਾ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਜਦੋਂ ਆਪਾਂ ਕਈ ਵਾਰ ਦੇਖਦੇ ਹਾਂ ਕਿ ਕਿਸੇ ਦੀ ਕਿਸੇ ਨੇ ਬਹੁਤ ਹੀ ਆਪਣਾ ਜੀਵਨ ਸਾਦਾ ਕਰ ਲਿਆ ਬਹੁਤ ਘੱਟ ਖੁਸ਼ ਰਹਿਣ ਲੱਗ ਗਿਆ ਆਪਾਂ ਮੰਨਦੇ ਹਾਂ ਕਿ ਇਹਨੂੰ ਬਹੁਤ ਅਫਸੋਸ ਹੋਇਆ ਤੇ ਜਾਣਦਾ ਇਹਨੂੰ ਬਹੁਤ ਦੁੱਖ ਹੋਇਆ ਭਾਈ ਇਹਨੇ ਬਹੁਤ ਦੁੱਖ ਕੀਤਾ ਉਸ ਚੀਜ਼ ਦਾ ਹਨਾ ਆਪਾਂ ਅਗਲੇ ਦੇ ਜਾਣ ਦਾ ਦੁੱਖ ਦਾ ਅਨੁਮਾਨ ਇੱਥੋਂ ਲਾਉਨੇ ਆਂ ਕੀ ਉਹਨੇ ਰੰਗ ਕਿਹੋ ਜਿਹਾ ਪਾਉਣੇ ਸ਼ੁਰੂ ਕਰਤੇ ਜਾਂ ਫਿਰ ਉਹ ਕਿਸੇ ਖੁਸ਼ੀ ਗਮੀ ਦੇ ਵਿੱਚ ਕਿਹੋ ਜਿਹਾ ਰੈਕਟ ਕਰਦਾ ਆ ਉਹਦਾ ਸੁਭਾਅ ਕਿਵੇਂ ਦਾ ਹੋ ਗਿਆ ਜਾਂ ਫਿਰ ਉਹਨੂੰ ਖਾਣ ਪੀਣ ਦਾ ਬਾਹਰ ਅੰਦਰ ਜਾਣ ਦਾ ਚਾ ਰਿਹਾ ਜਾਂ ਨਹੀਂ ਰਿਹਾ ਸੋ ਇਨੀਆਂ ਚੀਜ਼ਾਂ ਤੋਂ ਅਸੀਂ ਅਗਲੇ ਨੂੰ ਜੱਜ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਕਈ ਲੋਕ ਹੁੰਦੇ ਨੇ ਜਿਵੇਂ ਮੈਂ ਕਿਹਾ ਕਿ ਹਰ ਇੱਕ ਦਾ ਕਿਸੇ ਵੀ ਘਟਨਾ ਦੇ ਉੱਪਰ ਰੈਕਟ ਕਰਨ ਦਾ ਇੱਕ ਆਪਣਾ ਤਰੀਕਾ ਹੁੰਦਾ ਆਪਣੀ ਇੱਕ ਬਿਰਤੀ ਹੁੰਦੀ ਹੈ ਸੋ ਕਈ ਵਾਰੀ ਜੋ ਔਰਤਾਂ ਜੋ ਆਦਮੀ ਆਪਣੇ ਹਮਸਫਰ ਜਾਣ ਤੋਂ ਬਾਅਦ ਇਹ ਰੈਕਟ ਕਰਦੇ ਨੇ ਉਹਦੇ ਲਈ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਹੋ ਸਕਦੇ ਨੇ ਬੱਚੇ ਪਰਿਵਾਰ ਜਾਂ ਅਲਦਵਾਲਾ ਕਿ ਆਪਣੀ ਜ਼ਿੰਦਗੀ ਚੋਂ ਥੋੜਾ ਜਿਹਾ ਚੜਦੀ ਕਲਾ ਦੇ ਵਿੱਚ ਰਹਿਣਾ ਸਹੀ ਸਮਝਦੇ ਨੇ ਕਿਉਂਕਿ ਜਿਹੜਾ ਕਿਵਰ ਦੁੱਖ ਹੁੰਦਾ ਵਾ ਉਹ ਆਪਾਂ ਆਪਾਂ ਨੂੰ ਲੱਗਦਾ ਕਿ ਉਹ ਸਾਨੂੰ ਕੱਪੜਿਆਂ ਤੋਂ ਹੀ ਜਾਂ ਉਹਦੇ ਚਿੱਟੇ ਵਾਲਾਂ ਤੋਂ ਹੀ ਪਤਾ ਲੱਗੂਗਾ ਹੋ ਸਕਦਾ ਉਹਨਾਂ ਨੂੰ ਵੀ ਉਹਨਾਂ ਹੀ ਦੁੱਖ ਹੁੰਦਾ ਹੋਵੇ ਪਰ ਉਹਨਾਂ ਲੋਕਾਂ ਦੇ ਲਈ ਸਾਡਾ ਰਵੱਈਆ ਥੋੜਾ ਜਿਹਾ ਨੈਗੇਟਿਵ ਹੋ ਜਾਂਦਾ ਵੀ ਇਹਨੂੰ ਸ਼ਾਇਦ ਦੁੱਖ ਨਹੀਂ ਜਾਂ ਇਹਨੂੰ ਉਹਨਾਂ ਫਰਕ ਨਹੀਂ ਪਿਆ ਉਹਦੇ ਜਾਣਨ ਨਾਲ ਹਨਾ ਸੋ ਅੱਜ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਬੈੰਡ ਰੁਪਿੰਦਰ ਸੰਧੂ ਨੇ ਤੁਹਾਡੇ ਨਾਲ ਨਾ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਸਤਿਕਾਰ ਪੈਣੇ ਸਾਸ਼ਟ੍ਰ ਕਲਗਰਦੀਪ ਕਿਵੇਂ ਹੋ ਤੁਸੀਂ ਮੈਂ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਪੈਣੇ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਦੇ ਉੱਪਰ ਕਿ ਜਦੋਂ ਕਿਸੇ ਦਾ ਹਮਸਫਰ ਚੱਲਿਆ ਜਾਂਦਾ ਉਹ ਸਿਰਫ ਆਪਾਂ ਔਰਤ ਦੀ ਗੱਲ ਨਹੀਂ ਕਰਦੇ ਉਹ ਆਪਾਂ ਮਰਦ ਦੀ ਵੀ ਗੱਲ ਕਰਦੇ ਹਣਾ ਤਾਂ ਉਹਦੇ ਰਿਐਕਸ਼ਨ ਕੀ ਹੋਣਾ ਚਾਹੀਦਾ ਆਪਾਂ ਕਿਉਂਕਿ ਆਮ ਤੌਰ ਤੇ ਤਾਂ ਆਪਾਂ ਦੇਖਦੇ ਆਂ ਵੀ ਆਪਾਂ ਕਿਸੇ ਦੇ ਦੁੱਖ ਦਾ ਵੀ ਇਹਨੂੰ ਆਪਦੇ ਹਮਸਫਰ ਜਾਣ ਦਾ ਦੁੱਖ ਕਿੰਨਾ ਕੋਇ ਆਪਾਂ ਇੰਨਾਂ ਚੀਜ਼ਾਂ ਤੋਂ ਅੰਦਾਜ਼ਾ ਲਾਉਣ ਲੱਗ ਜਾਂਦੇ ਆਂ ਕਿ ਇਹ ਮਤਲਬ ਹੁਣ ਕੱਪੜਿਆਂ ਦੇ ਰੰਗ ਫਿੱਕੇ ਹੋ ਗਏ ਨੇ ਇਹਨੇ ਵਾਲ ਕਲਰ ਕਰਨੇ ਛੱਡ ਦਿੱਤੇ ਨੇ ਜਾਂ ਫਿਰ ਇਹ ਖੁਸ਼ੀਆਂ ਦੇ ਤਮੇਹਾਂ ਦੇ ਮੌਕੇ ਤੇ ਨਹੀਂ ਸਜਣਾ ਛੱਡਤਾ ਜਾਂ ਫਿਰ ਮਤਲਬ ਵੀ ਕਿਸੇ ਵੀ ਕਿਸੇ ਵੀ ਫੰਕਸ਼ਨ ਦੇ ਉੱਪਰ ਹੋਵੇ ਵੀ ਉਹ ਮਤਲਬ ਇੰਨੀ ਕੁ ਵੀ ਸਮਾਈਲ ਨਹੀਂ ਕਰ ਸਕਦਾ ਨਾ ਉਹਦਾ ਮੂੰਹ ਆ ਜਿਹੜਾ ਉੰਨੀ ਸੋਗ ਚ ਹੋਣਾ ਚਾਹੀਦਾ ਪਰ ਮੈਂ ਅਗਲੇ ਨੂੰ ਗਿਆਨ ਨੂੰ 20 20 ਸਾਲ ਹੋ ਜਾਣ ਹਨਾ ਸੋ ਆਪਾਂ ਉਹਨਾਂ ਚੀਜ਼ਾਂ ਤੋਂ ਜੱਜ ਕਰਨ ਲੱਗ ਜਾਂਦੇ ਹਾਂ ਨਾ ਪਰ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਲੋਕ ਜਾਂ ਜਿਹੜੀਆਂ ਖਾਸ ਤੌਰ ਤੇ ਔਰਤਾਂ ਆਪਣੇ ਪਤੀ ਜਾਣ ਤੋਂ ਮਗਰੋਂ ਗੂੜੇ ਰੰਗ ਮੋਣੇ ਨਹੀਂ ਛੱਡਦੀਆਂ ਜਾਂ ਫਿਰ ਜਿਹੜੇ ਮਰਦ ਆਪਣੀ ਔਰਤ ਦੇ ਗੁਜ਼ਰ ਜਾਣ ਤੋਂ ਬਾਅਦ ਹਨਾ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਉਸੇ ਤਰ੍ਹਾਂ ਹੀ ਰਹਿੰਦੇ ਨੇ ਜੀ ਜਿਹਨਾਂ ਦੀ ਮਾਂ ਹੁੰਦੀ ਇਹਨਾਂ ਨੂੰ ਐਵੇਂ ਸੰਭਾਲਦੀ ਹਨ ਉਹ ਦੋਨੋਂ ਭੂਮਿਕਾਵਾਂ ਨਿਭਾਉਂਦੇ ਨੇ ਕਿ ਅਤੇ ਕਿਸੇ ਦੇ ਨਾਲ ਜਦੋਂ ਕੋਈ ਉਹਦੀ ਗੱਲ ਛੇੜਦੀ ਆ ਤਾਂ ਕਿਤੇ ਉਹ ਰੋ ਵੀ ਪੈਂਦੇ ਨੇ ਹਨਾ ਤਾਂ ਤੁਹਾਨੂੰ ਲੱਗਦਾ ਕਿ ਇਹ ਚੀਜ਼ ਆ ਜਿਹੜੀ ਉਹ ਮਾੜੀ ਹੁੰਦੀ ਆ ਜਾਂ ਕਿਵੇਂ ਹੋਣੀ ਚਾਹੀਦੀ ਅਤੇ ਸਾਡਾ ਰੈਐਕਸ਼ਨ ਆ ਜਿਹੜਾ ਉਹ ਕੀ ਹੋਣਾ ਚਾਹੀਦਾ ਅਗਰਦੀਪ ਮੈਨੂੰ ਲੱਗਦਾ ਵੀ ਅਸਲ 'ਚ ਅਸੀਂ ਇਸ ਇੱਕ ਰਿਸ਼ਤੇ ਨੂੰ ਲੈ ਕੇ ਬਹੁਤੇ ਜ਼ਿਆਦਾ ਭਾਵੁਕ ਵੀ ਆ ਤੇ ਆਲਾ ਦਵਾਲਾ ਸਾਨੂੰ ਇਸ ਚੀਜ਼ ਤੋਂ ਨਾਪਦਾ ਵੀ ਬਹੁਤ ਹਨਾ ਮਨ ਲਓ ਕਿ ਮੌਤ ਆ ਜਿਹੜੀ ਮੌਤ ਇੱਕੋ ਜੀ ਹੁੰਦੀ ਆ ਹਨਾ ਮੌਤ ਚਾਹੇ ਤੁਹਾਡੇ ਕਿਸੇ ਬਹੁਤ ਅਜ਼ੀਜ਼ ਦੀ ਹੋਵੇ ਤੁਹਾਡੇ ਮਾਪਿਓ ਚੋਂ ਕਿਸੇ ਦੀ ਹੋਵੇ ਜਾਂ ਤੁਹਾਡੇ ਹਮਸਫਰ ਦੀ ਹੋਵੇ ਰਪਨਾ ਕਰੇ ਹਨਾ ਤਾਂ ਮੈਨੂੰ ਲੱਗਦਾ ਮੌਤ ਦਾ ਦੁੱਖ ਇੱਕੋ ਜਿਹਾ ਹੁੰਦਾ ਪਰ ਜਦੋਂ ਲੋਕ ਤੁਹਾਨੂੰ ਇਹ ਨਸੀਅਤਾਂ ਦੇਣੀਆਂ ਸ਼ੁਰੂ ਕਰਦੇ ਨੇ ਕਿ ਤੁਸੀਂ ਇਸ ਮੌਤ ਦਾ ਦੁੱਖ ਜਿਹੜਾ ਇਸ ਤਰੀਕੇ ਨਾਲ ਮਨਾਓਗੇ ਇਸ ਮੌਤ ਦਾ ਦੁੱਖ ਇਸ ਤਰੀਕੇ ਨਾਲ ਮਨਾਓਗੇ ਮੈਨੂੰ ਲੱਗਦਾ ਵੀ ਉਹ ਚੀਜ਼ਾਂ ਬਹੁਤ ਜ਼ਿਆਦਾ ਚੰਗੀਆਂ ਨਹੀਂ ਹੁੰਦੀਆਂ ਹਨਾ ਜੇ ਮੈਨੂੰ ਦੁੱਖ ਹੋਊਗਾ ਤਾਂ ਮੈਨੂੰ ਮੇਰੇ ਕਿਸੇ ਵੀ ਅਜ਼ੀਜ਼ ਦੇ ਦੁਨੀਆ ਤੋਂ ਜਾਣ ਦਾ ਉਨਾ ਹੀ ਦੁੱਖ ਹੋਊਗਾ ਹਨਾ ਪਰ ਹਾਂ ਤੁਹਾਡਾ ਜੀਵਨ ਸਾਥੀ ਆ ਜਿਹੜਾ ਉਹਦੀ ਲੋੜ ਆ ਜਿਹੜੀ ਤੁਹਾਨੂੰ ਜ਼ਿੰਦਗੀ ਪਰ ਰਹਿੰਦੀ ਆ ਜਦੋਂ ਆਪਾਂ ਕਿਸੇ ਬਜ਼ੁਰਗ ਨੂੰ ਮਿਲਦੇ ਆ ਤਾਂ ਉਹ ਇਹ ਕਹਿੰਦੇ ਹੁੰਦੇ ਆ ਵੀ ਜਦੋਂ ਸਾਡੇ ਨਿਆਣੇ ਛੋਟੇ ਸੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ 'ਚ ਸੀ ਤਾਂ ਸਾਨੂੰ ਇੱਕ ਦੂਜੇ ਦੀ ਲੋੜ ਉਨੀ ਮਹਿਸੂਸ ਨਹੀਂ ਸੀ ਹੁੰਦੀ ਜਿੰਨੀ ਕਿ ਇਸ ਉਮਰ 'ਚ ਹੁੰਦੀ ਆ ਹਨਾ ਤਾਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਨੇ ਜਾਂ ਇਹ ਇਹੀ ਗੱਲ ਕਰਨਗੇ ਵੀ ਸਾਡੇ ਦੋਵਾਂ 'ਚੋਂ ਅਸੀਂ ਇਕੱਠੇ ਹੀ ਚਲੇ ਜਾਈਏ ਹਨਾ ਕੋਈ ਇੱਕ ਪਿੱਛੇ ਨਾ ਰਹਿ ਜਾਵੇ ਜਿਹੜਾ ਜ਼ਿੰਮੇਵਾਰੀਆਂ ਵਾਲਾ ਦੌਰ ਹੁੰਦਾ ਉੱਥੇ ਮੈਨੂੰ ਲੱਗਦਾ ਤੁਹਾਡੀ ਲੋੜ ਆ ਜਿਹੜੀ ਹੋਰ ਕਿਸਮ ਦੀ ਹੁੰਦੀ ਆ ਹਨਾ ਉਦੋਂ ਤੁਹਾਨੂੰ ਲੱਗਦਾ ਹੁੰਦਾ ਵੀ ਜਿਹੜਾ ਭਾਰ ਮੇਰੇ ਮੋਢਿਆਂ 'ਤੇ ਆ ਉਹਦਾ ਅੱਧਾ ਜਿਹੜਾ ਕੋਈ ਵੰਡਾਉਣ ਵਾਲਾ ਜ਼ਰੂਰ ਹੋਣਾ ਚਾਹੀਦਾ ਹਨਾ ਪਰ ਰੱਬ ਨਾ ਕਰੇ ਕੋਈ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਨਾ ਉਹ ਕਿਸੇ ਔਰਤ ਦੇ اختیار 'ਚ ਹੁੰਦਾ ਨਾ ਕਿਸੇ ਮਰਦ ਦੇ اختیار 'ਚ ਹੁੰਦਾ ਹੈ ਨਾ ਪਰ ਜਦੋਂ ਵਾਪਰ ਜਾਂਦਾ ਤਾਂ ਮੈਨੂੰ ਇਹ ਸੋਚ ਕੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਵੀ ਦੁਨੀਆ ਇਹ ਤੈਅ ਕਰਨਾ ਸ਼ੁਰੂ ਕਰ ਦਿੰਦੀ ਆ ਵੀ ਤੁਸੀਂ ਹੁਣ ਕਿਸ ਵਕਤ ਹੱਸੋਗੇ ਕਿਸ ਵਕਤ ਰੋਵੋਗੇ ਕਿਹੜੇ ਰੰਗ ਨੇ ਤੁਸੀਂ ਪਾਵੋਗੇ ਕਿੱਥੇ ਤੁਸੀਂ ਜਾਓਗੇ ਜਾਂ ਕਿੱਥੇ ਤੁਸੀਂ ਨਹੀਂ ਜਾਓਗੇ ਹੈ ਨਾ ਤੇ ਉਹ ਚੀਜ਼ਾਂ ਨੇ ਜਿਹੜੀਆਂ ਮੈਨੂੰ ਐਂ ਲੱਗਦਾ ਵੀ ਅਸੀਂ ਸਿਰਫ ਇੱਕ ਬੰਦੇ ਦਾ ਸਿਵਾ ਨਹੀਂ ਬਾਲਦੇ ਅਸੀਂ ਜਿਹੜਾ ਜਿਉਂਦਾ ਉਹਦਾ ਸਿਵਾ ਅਸੀਂ ਰੋਜ਼ ਬਾਲਣ ਲੱਗ ਜਾਂਦੇ ਹਾਂ ਹਨਾ ਸਾਡੇ ਇੱਕ ਰਿਸ਼ਤੇਦਾਰ ਨੇ ਮੇਰੇ ਮੰਮੀ ਉਹਨਾਂ ਦੀ ਗੱਲ ਸੁਣਾਉਂਦੇ ਹੁੰਦੇ ਆ ਕਹਿੰਦੇ ਵੀ ਉਹਨਾਂ ਦੇ ਪਤੀ ਦੀ ਜਦੋਂ ਮੌਤ ਹੋਈ ਤਾਂ ਉਸ ਤੋਂ ਬਾਅਦ ਦੂਜੇ ਦਿਨ ਉਹਨਾਂ ਨੇ ਸ਼ਾਮ ਨੂੰ ਉਹਨਾਏ ਉਹਨਾਂ ਨੇ ਰੋਟੀ ਪਾਣੀ ਖਾਧਾ ਤੇ ਬਹੁਤ ਸਾਰੀਆਂ ਜਿਹੜੀਆਂ ਘਰੇ ਘਰ ਦੀਆਂ ਔਰਤਾਂ ਸੀ ਖਾਸ ਕਰਕੇ ਆਪਾਂ ਮੈਂ ਨਹੀਂ ਕਹਿੰਦੀ ਵੀ ਆਪਾਂ ਔਰਤਾਂ ਨੂੰ ਮਾੜਾ ਕਹਿੰਦੇ ਆ ਪਰ ਜਦੋਂ ਇਹੋ ਜਿਹੀਆਂ ਪਾਬੰਦੀਆਂ ਦੀ ਗੱਲ ਆਉਂਦੀ ਹੈ ਤਾਂ ਔਰਤਾਂ ਬਹੁਤ ਛੇਤੀ ਦੂਜਿਆਂ ਤੇ ਪਾਬੰਦੀਆਂ ਲਾਉਣ ਲੱਗ ਜਾਂਦੀਆਂ ਨੇ ਹਨਾ ਤੁਹਾਡੀਆਂ ਦਰਾਣੀਆਂ ਜਠਾਣੀਆਂ ਹੀ ਤੁਹਾਡੀਆਂ ਇੱਥੋਂ ਤੱਕ ਵੀ ਤੁਹਾਡੀ ਸੱਸ ਇਹੋ ਜਿਹੇ ਰਿਸ਼ਤੇ ਹੀ ਤੁਹਾਨੂੰ ਪਾਬੰਦੀਆਂ ਚ ਰੱਖਣਾ ਸ਼ੁਰੂ ਕਰ ਦਿੰਦੇ ਨੇ ਤਾਂ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਹਜੇ ਕੱਲ ਮਰਿਆ ਤੇ ਤੈਨੂੰ ਅੱਜ ਵੀ ਕੋਈ ਦੁੱਖ ਨਹੀਂ ਕਹਿੰਦੇ ਇਹ ਵੀ ਉਹ ਜਿਹੜੀ ਸਾਡੇ ਰਿਸ਼ਤੇਦਾਰ ਸੀ ਉਹ ਕਹਿੰਦੇ ਵੀ ਮੇਰਾ ਘਰ ਵਾਲਾ ਮਰਿਆ ਮੈਨੂੰ ਪਤਾ ਮੈਨੂੰ ਉਹਦਾ ਕਿੰਨਾ ਦੁੱਖ ਹੋਣਾ ਚਾਹੀਦਾ ਪਰ ਨਾਲ ਦੀ ਨਾਲ ਮੇਰੇ ਨਿਆਣਿਆਂ ਦਾ ਪਿਓ ਵੀ ਮਰਿਆ ਤੇ ਜਿੰਨਾ ਲਈ ਹੁਣ ਮੈਨੂੰ ਦੁੱਗਣਾ ਹੌਸਲਾ ਕਰਕੇ ਜ਼ਿੰਦਗੀ ਜਿਉਣੀ ਪੈਣੀ ਹੈ ਹਨ ਜੋ ਚੀਜ਼ਾਂ ਅਸੀਂ ਮਾਂ ਤੇ ਪਿਓ ਨਾਲ ਹੀ ਰਲ ਕੇ ਕਰ ਸਕਦੇ ਸੀ ਉਹ ਦੋਨੋਂ ਤਰ੍ਹਾਂ ਦੀ ਭੂਮਿਕਾ ਜਿਹੜੀ ਮੈਨੂੰ ਹੁਣ ਇਕੱਲੀ ਨੂੰ ਨਿਭਾਉਣੀ ਪੈਣੀ ਹੈ ਤੇ ਉਹਨਾਂ ਨੇ ਬਹੁਤ ਦਲੇਰੀ ਨਾਲ ਆਪਣੀ ਜ਼ਿੰਦਗੀ ਕੱਢੀ ਆਪਣੇ ਬੱਚਿਆਂ ਨੂੰ ਪਾਲਿਆ ਅੱਜ ਉਹਨਾਂ ਦੇ ਨਿਆਣੇ ਨੇ ਜਿਹੜੇ ਬਾਹਰ ਸੈਟਲ ਨੇ ਤਾਂ ਮੈਨੂੰ ਲੱਗਦਾ ਵੀ ਉਸ ਵਕਤ ਸੋਗ ਮਨਾਉਣ ਨਾਲੋਂ ਰੋਣ ਨਾਲੋਂ ਜਾਂ ਫਿੱਕੇ ਫਿੱਕੇ ਕੱਪੜੇ ਪਾ ਕੇ ਲੋਕਾਂ ਨੂੰ ਦਿਖਾਉਣ ਨਾਲੋਂ ਵੀ ਮੈਨੂੰ ਬਹੁਤ ਜ਼ਿਆਦਾ ਦੁੱਖਾ ਤਾਂ ਉਹਨਾਂ ਦਾ ਉਹ ਫੈਸਲਾ ਮੈਨੂੰ ਜ਼ਿਆਦਾ ਸੋਹਣਾ ਲੱਗਿਆ ਹਨ ਤੇ ਅੱਜ ਸਾਰੇ ਉਹਨਾਂ ਦੀ ਤਾਰੀਫ਼ ਕਰਦੇ ਨੇ ਲੋਕਾਂ ਨੂੰ ਸਾਡੇ ਲੋਕਾਂ ਨੂੰ ਆਦਤ ਆ ਕਿ ਲੋਕੀ ਨਾ ਕਿਰਦਾਰ ਨੂੰ ਵੀ ਪਹਿਰਾਵਿਆਂ ਤੋਂ ਜੱਜ ਕਰਨ ਲੱਗ ਜਾਂਦੇ ਨੇ ਹੈਨਾ ਕਿ ਜੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜੇ ਉਹ ਬਾਲ ਡਾਈ ਕਰਨੋਂ ਹਟ ਗਈ ਤਾਂ ਉਹਨੂੰ ਬਹੁਤ ਜ਼ਿਆਦਾ ਦੁੱਖ ਆ ਜੇ ਉਹ ਸਾਰਾ ਦਿਨ ਅੰਦਰ ਬੜੀ ਰਹਿੰਦੀ ਆ ਰੋਈ ਜਾਂਦੀ ਆ ਤਾਂ ਉਹਨੂੰ ਬਹੁਤ ਜ਼ਿਆਦਾ ਦੁੱਖ ਆ ਜਾਂ ਮਰਦ ਲਈ ਵੀ ਇਹੀ ਚੀਜ਼ਾਂ ਹੈਨਾ ਜਪਨ ਨੂੰ ਮਤਲਬ ਇਹ ਤੈਅ ਕਰਦਾ ਵੀ ਉਸ ਤੋਂ ਬਾਅਦ ਜ਼ਿੰਦਗੀ ਆਈ ਹੀ ਹੋਣੀ ਚਾਹੀਦੀ ਹੈ ਜਿਹੜਾ ਉਸ ਸੰਜੇ ਚ ਫਿੱਟ ਨਹੀਂ ਬੈਂਦਾ ਫਿਰ ਉਹਨੂੰ ਮਤਲਬ ਇਹ ਕਰਾਰ ਦੇ ਦਿੱਤਾ ਜਾਂਦਾ ਵੀ ਇਹਨੂੰ ਉਹਦੇ ਜਾਣ ਦਾ ਕੋਈ ਦੁੱਖ ਨਹੀਂ ਹੋਇਆ ਹਨਾ ਬਿਲਕੁਲ ਹਾਲਾਂਕਿ ਦੁੱਖ ਕਿੰਨਾ ਉਹ ਉਹਦੇ ਦਿਲ ਨੂੰ ਪਤਾ ਹੁੰਦਾ ਹਨਾ ਉਸ ਟਾਈਮ ਵੀ ਉਹ ਕਿਵੇਂ ਉਹ ਸਮਾਂ ਕੱਢ ਰਹੇ ਹੁੰਦੇ ਨੇ ਜਿਾ ਆਪਣੇ ਬੱਚਿਆਂ ਦੇ ਲਈ ਉਹ ਕਿਵੇਂ ਦੋਨੋਂ ਰੋਲ ਨਿਭਾ ਰਹੇ ਹੁੰਦੇ ਨੇ ਉਸ ਮੌਕੇ ਤੇ ਇਹ ਆਪਾਂ ਕੱਲੇ ਔਰਤ ਲਈ ਨਹੀਂ ਔਰਤ ਲਈ ਥੋੜਾ ਜਿਆਦਾ ਪਰ ਬੰਦਿਆਂ ਲਈ ਵੀ ਇਹ ਚੀਜ਼ਾਂ ਬਹੁਤ ਜਿਆਦਾ ਨੇ ਮੰਨ ਲਓ ਕਿ ਕਿਸੇ ਦਾ ਬਹੁਤ अर्ली ਸਟੇਜ ਤੇ ਕੁਝ ਐਦਾਂ ਦਾ ਹੁੰਦਾ ਤਾਂ ਕਿਦੀਪ ਆਪਾਂ ਮੈਂ ਕਹਿੰਦੀ ਕਦੀ ਅੱਖਾਂ ਬੰਦ ਕਰਕੇ ਸਮਾਜ ਚ ਜਿਉ ਨਹੀਂ ਸਕਦੇ ਤੁਹਾਡੀਆਂ ਬਹੁਤ ਸਾਰੀਆਂ ਮਾਨਸਿਕ ਸਰੀਰਕ ਲੋੜਾਂ ਇੱਥੋਂ ਤੱਕ ਸਮਾਜਿਕ ਲੋੜਾਂ ਵੀ ਹੁੰਦੀਆਂ ਨੇ ਤੁਹਾਡੇ ਨਿਆਣੇ ਛੋਟੇ ਹੁੰਦੇ ਨੇ ਉਹਨਾਂ ਨੂੰ ਇੱਕ ਮਾਂ ਚਾਹੀਦੀ ਹੁੰਦੀ ਹੈ ਉਸ ਵਕਤ ਹਨਾ ਤੁਹਾਨੂੰ ਇੱਕ ਜੀਵਨ ਸਾਥੀ ਚਾਹੀਦਾ ਹੁੰਦਾ ਜਿਹਦੇ ਨਾਲ ਤੁਸੀਂ ਆ ਕੇ ਘਰ ਕੋਈ ਆਪਣੇ ਗੱਲਬਾਤ ਜਾਂ ਬਹੁਤ ਤਰ੍ਹਾਂ ਦੇ ਜਿਹੜੇ ਤੁਹਾਡੇ ਪਹਿਲਾ ਰਿਸ਼ਤਾ ਚੱਲ ਰਿਹਾ ਹੁੰਦਾ ਉਹੋ ਜਿਹੀਆਂ ਲੋੜਾਂ ਹੁੰਦੀਆਂ ਨੇ ਹਨਾ ਤਾਂ ਬੰਦਿਆਂ ਨੂੰ ਵੀ ਲੋਕੀ ਮਤਲਬ ਸ਼ਾਇਦ ਉਸ ਹੱਦ ਤੱਕ ਨਹੀਂ ਕਹਿੰਦੇ ਪਰ ਫਿਰ ਵੀ ਲੋਕੀ ਕਹਿੰਦੇ ਨੇ ਵੀ ਲੋ ਜੇ ਇਹ ਦੂਜੇ ਵਿਆਹ ਦੀ ਗੱਲ ਕਰਦਾ ਤਾਂ ਇਹਦੇ ਨਿਆਣਿਆਂ ਨਾਲ ਕਿ ਮਾਂ ਕਿਹੋ ਜਿਹਾ ਵਰਤਾਓ ਕਰੇਗੀ ਜਾਂ ਇਹਨੂੰ ਐਡੀ ਛੇਤੀ ਕਿਹੜੀ ਨੇਰੀ ਆਈ ਆ ਵੀ ਇਹ ਦੂਜੇ ਵਿਆਹ ਦੀ ਗੱਲ ਕਰ ਰਿਹਾ ਤਾਂ ਮੈਨੂੰ ਲੱਗਦਾ ਵੀ ਅਸੀਂ ਨਾ ਅਸਲ 'ਚ ਇਸ ਰਿਸ਼ਤੇ ਨੂੰ ਜੇ ਕੋਈ ਦੂਜੇ ਬੰਦੇ ਨੂੰ ਉਸ ਰਿਸ਼ਤੇ ਤੇ ਥਾਂ ਦਿੰਦਾ ਤਾਂ ਅਸੀਂ ਇਹ ਸਮਝਣ ਲੱਗ ਜਾਈਏ ਕਿ ਇਹ ਸਿਰਫ ਆਪਣੇ ਬਾਰੇ ਸੋਚ ਰਿਆ ਜੇ ਉਹ ਨਹੀਂ ਦਿੰਦਾ ਤਾਂ ਉਹਦੇ ਤੇ ਕੀ ਬੀਤਦੀ ਹੈ ਇਹ ਸਿਰਫ ਮੈਨੂੰ ਲੱਗਦਾ ਵੀ ਉਹੀ ਬੰਦਾ ਜਾਣ ਸਕਦਾ ਹੈ ਨਾ ਤਾਂ ਉਸ ਵਕਤ ਇਹੋ ਜੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਸਾਨੂੰ ਸੱਚੀ ਨਹੀਂ ਕਰਨੀਆਂ ਚਾਹੀਦੀਆਂ ਚਾਹੇ ਸਾਡਾ ਬਹੁਤ ਕੋਈ ਅਜੀਜ਼ ਆ ਉਹਨੂੰ ਉਸ ਵਕਤ ਸਾਡੀ ਜ਼ਿੰਦਗੀ ਚ ਦਖਲ ਅੰਦਾਜ਼ੀ ਕੱਢ ਦੇਣੀ ਚਾਹੀਦੀ ਹੈ ਹਨਾ ਕੱਢ ਵੀ ਦੇਣੀ ਚਾਹੀਦੀ ਤੇ ਮੈਨੂੰ ਐ ਲੱਗਦਾ ਹੁੰਦਾ ਜਿਵੇਂ ਆਪਾਂ ਕਹਿੰਨੇ ਨੂੰ ਵੀ ਕਿਸੇ ਦੇ ਵੀ ਜਾਣ ਨਾਲ ਦੁਨੀਆ ਨਹੀਂ ਰੁਕਦੀ ਹੁੰਦੀ ਪਰ ਨਹੀਂ ਤੁਸੀਂ ਜਿਹੜਾ ਦੂਜਾ ਬੰਦਾ ਮਗਰ ਰਹਿ ਗਿਆ ਤੁਸੀਂ ਸੱਚੀ ਉਹਦੀ ਲਾਈਫ ਦੇ ਉੱਪਰ ਇੱਕ ਫੁੱਲ ਸਟਾਪ ਲਾ ਦਿੰਦੇ ਆ ਵੀ ਹੁਣ ਤੇਰੀ ਜ਼ਿੰਦਗੀ ਇੱਥੇ ਖਤਮ ਹੈ ਹਨਾ ਤੇ ਤੂੰ ਨਾ ਹੁਣ ਆਪਣਾ ਕੋਈ ਚਾ ਰੱਖ ਸਕਦਾ ਜਾਂ ਤੇ ਨਾ ਹੀ ਤੂੰ ਆਪਣੇ ਮਨ ਦਾ ਕੋਈ ਪਾਹੰਡਾ ਸਕਦਾ ਹੈ ਹਨਾ ਚਲੋ ਇੱਕ ਔਰਤਾ ਆਰ ਤੇ ਦੋਪਾਏ ਇਹ ਵੀ ਉਮੀਦ ਰੱਖਦੇ ਆ ਵੀ ਹਾਂ ਇਹ ਰੋ ਸਕਦੀ ਆ ਪਰ ਉਸੇ ਬੰਦੇ ਤੋਂ ਹੀ ਉਮੀਦ ਨਹੀਂ ਕਰਦੇ ਕਦੇ ਵੀ ਵੀ ਇਹ ਰੋ ਵੀ ਸਕਦਾ ਆਪਾਂ ਹਮੇਸ਼ਾ ਹੀ ਕਹਿੰਦੇ ਵੀ ਚਲ ਬੰਦੇ ਤਾਂ ਚੱਲ ਲੈਂਦੇ ਹੁੰਦੇ ਨੇ ਪਰ ਬੰਦੇ ਤਾਂ ਸਹਿ ਲੈਂਦੇ ਹੁੰਦੇ ਨੇ ਪਰ ਨਹੀਂ ਪਿੱਛੇ ਜੇ ਆਪਾਂ ਜਦੋਂ ਇੱਕ ਸ਼ੂਟ ਕਰਦੇ ਸੀ ਉੱਤੇ ਕੰਕਲ ਆਏ ਤੇ ਉਹ ਮੈਨੂੰ ਦੱਸ ਦਿੰਦਾ ਸੀ ਕਹਿੰਦੇ ਵੀ ਮੇਰੀ ਵਾਈਫ ਦੀ ਪੌਣੇ ਇੱਕ ਦੋ ਸਾਲ ਪਹਿਲਾਂ ਡੈਥ ਹੋਈ ਹੈ ਹਨਾ ਤੇ ਉਹ ਇੰਨੀ ਗੱਲ ਕਹਿ ਕੇ ਕਿ ਅਸੀਂ ਆਪਾਂ ਪਹਿਲੀ ਵਾਰ ਮਿਲੇ ਸੀਗੇ ਉਹਨਾਂ ਨੂੰ ਤੇ ਉਹ ਇੰਨੀ ਗੱਲ ਕਹਿ ਕੇ ਹੀ ਰੋ ਪਏ ਉੱਥੇ ਹਨਾ ਪੌਣੇ ਦੋ ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ ਹਨਾ ਕਿੰਨੇ ਮਹੀਨੇ ਕਿੰਨੇ ਦਿਨ ਕਿੰਨੀਆਂ ਦਿਨ ਤੇ ਰਾਤਾਂ ਬਦਲੀਆਂ ਹੋਣਗੀਆਂ ਪਰ ਜੇ ਅੱਜ ਵੀ ਉਹ ਪਰਸਨ ਕਿਸੇ ਅਜਨਬੀ ਦੇ ਨਾਲ ਬੈਠ ਕੇ ਆਪਣੇ ਹਮਸਫਰ ਦੀ ਗੱਲ ਕਰਕੇ ਰੋ ਰਿਹਾ ਇਹਦਾ ਮਤਲਬ ਕਿ ਉਹਨਾਂ ਨੂੰ ਕਿੰਨੀ ਮੋਰਲ ਅਤੇ ਮੈਂਟਲ ਸਪੋਰਟ ਦੀ ਜ਼ਰੂਰਤ ਹੋਣੀ ਆ ਹੈਨਾ ਸ਼ਾਇਦ ਉਹ ਇਸ ਕਰਕੇ ਵੀ ਰੋਪੇ ਕਿਉਂਕਿ ਆਪਾਂ ਉਹਨਾਂ ਲਈ ਅਣਜਾਣ ਸੀ ਆਪਾਂ ਉਹਨਾਂ ਨੂੰ ਜੱਜ ਨਹੀਂ ਸੀ ਕਰਨਾ ਹੈਨਾ ਪਰ ਇੱਕ ਔਰਤ ਦਾ ਮਨ ਜਿਵੇਂ ਅੰਦਰੋਂ ਭਰਿਆ ਹੁੰਦਾ ਨਾ ਇੱਕ ਬੰਦੇ ਦਾ ਮਨ ਵੀ ਅੰਦਰੋਂ ਓਨਾ ਹੀ ਭਰਿਆ ਹੁੰਦਾ ਵਾ ਜਦੋਂ ਕਿਸੇ ਬੰਦੇ ਦੀ ਜਨਾਨੀ ਤੁਰ ਜਾਂਦੀ ਹੈ ਇਸ ਦੁਨੀਆ ਤੋਂ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਉਹੀ ਚੀਜ਼ਾਂ ਇੱਕ ਬੰਦੇ ਲਈ ਵੀ ਸੋਚਣੀਆਂ ਚਾਹੀਦੀਆਂ ਨੇ ਕਿ ਇਹਦਾ ਵੀ ਓਡਾ ਹੀ ਰਿਸ਼ਤਾ ਸੀ ਜਿੱਡਾ ਖਤਮ ਹੋਇਆ ਹਨਾ ਜਿਹਦੇ ਜਾਣ ਨਾਲ ਉਹ ਰਿਸ਼ਤਾ ਖਤਮ ਹੋ ਗਿਆ ਇਹਨਾਂ ਦਾ ਤਾਂ ਇਸ ਮੌਕੇ ਇਹਨੂੰ ਵੀ ਉਨੀ ਹੀ ਮਾਨਸਿਕ ਸਪੋਰਟ ਦੀ ਸਹਿਯੋਗ ਦੀ ਲੋੜ ਹੈ ਜਿੰਨੇ ਕਿ ਇਸ ਮੌਕੇ ਇੱਕ ਔਰਤ ਨੂੰ ਹੁੰਦੀ ਹੈ ਹਨਾ ਤੇ ਕਦੇ ਇਹ ਵੀ ਨਾ ਐਕਸਪੈਕਟ ਕਰੋ ਜਾਂ ਨੋਇੰਗਲੀ ਅਨਨੋਇੰਗਲੀ ਤੁਸੀਂ ਜਾਣੇ ਅਣਜਾਣੇ ਚ ਤੁਸੀਂ ਇਹ ਵੀ ਚੀਜ਼ਾਂ ਨਾ ਮਤਲਬ ਉਸ ਬੰਦੇ ਨੂੰ ਮਹਿਸੂਸ ਕਰਵਾਓ ਕਿ ਬੰਦੇ ਸਹਿ ਜਾਂਦੇ ਹੁੰਦੇ ਨੇ ਜਾਂ ਬੰਦਿਆਂ ਨੂੰ ਇੰਨਾ ਫਰਕ ਨਹੀਂ ਪੈਂਦਾ ਜੇ ਫਰਕ ਵੀ ਪਊਗਾ ਤਾਂ ਰੋ ਨਹੀਂ ਸਕਦਾ ਹੈਗਾ ਹਣਾ ਪਰ ਮੈਨੂੰ ਲੱਗਦਾ ਜਿੰਨਾ ਹੀ ਉਹ ਰਹੂਗਾ ਉਹਦਾ ਮਨ ਉਹਦਾ ਦਿਮਾਗ ਹੋਣਾ ਹੋਊਗਾ ਹਨਾ ਆਪਾਂ ਕਹਿੰਦੇ ਇੰਨੇ ਹਾਰਟ ਅਟੈਕਸ ਆ ਰਹੇ ਨੇ ਕਿਉਂ ਆਉਂਦੇ ਨੇ ਕਿਉਂਕਿ ਜਦੋਂ ਅਸੀਂ ਆਪਣਾ ਦਿਲ ਹੀ ਨਹੀਂ ਖਾਲੀ ਕਰਨਾ ਹੈਗਾ ਹਨਾ ਬਿਲਕੁਲ ਸੋ ਮੈਨੂੰ ਲੱਗਦਾ ਕਿ ਜਿੱਥੇ ਔਰਤ ਨੂੰ ਇਸ ਪੱਖ ਤੋਂ ਜੱਜ ਕੀਤਾ ਜਾਂਦਾ ਹੈ ਕਿ ਜੇ ਤੇਰਾ ਘਰ ਵਾਲਾ ਮਰ ਗਿਆ ਤਾਂ ਤੂੰ ਫਿੱਕੇ ਰੰਗ ਪਾਏਂਗੀ ਤੂੰ ਹਮੇਸ਼ਾ ਵਿਆਹਾਂ ਸ਼ਗਨਾਂ ਦੇ ਮੌਕਿਆਂ ਤੇ ਵੀ ਉਦਾਸੀ ਦਿਖਣੀ ਚਾਹੀਦੀਆਂ ਹਰ ਸ਼ਗਨ ਵਿਹਾਰ ਚ ਸੀ ਉਹਨੂੰ ਪਿੱਛੇ ਤੱਕ ਦਿੰਨੇ ਚਾਹੇ ਉਹਦੇ ਖੁਦ ਦੇ ਨਿਆਣਿਆਂ ਦਾ ਵਿਆਹ ਕਿਉਂ ਨਾ ਹੋਵੇ ਹਨਾ ਸੋ ਉਹਨਾਂ ਹਾਲਾਂਕਿ ਜਿੰਨੀ ਵੱਡੀ ਅਰਦਾਸ ਇੱਕ ਮਾਂ ਦੀ ਹੁੰਦੀ ਹੈ ਆਪਣੇ ਬੱਚਿਆਂ ਲਈ ਕਿਸੇ ਦੀ ਨਹੀਂ ਹੁੰਦੀ ਤਾਂ ਖਾਲੀ ਤੁਸੀਂ ਉਹਦੇ ਸ਼ਗਨ ਵਿਹਾਰ ਦੇ ਉੱਤੇ ਰੋਕ ਲਾ ਕੇ ਤੁਸੀਂ ਇਹ ਨਹੀਂ ਸਿੱਧ ਕਰ ਸਕਦੇ ਵੀ ਇਹਦੇ ਨਿਆਣਿਆਂ ਦੀ ਜ਼ਿੰਦਗੀ 'ਚ ਕਦੇ ਕੋਈ ਦੁੱਖ ਨਹੀਂ ਆਊਗਾ ਹਨਾ ਉਹ ਪ੍ਰਮਾਤਮਾ ਨੇ ਪਹਿਲਾਂ ਹੀ ਲਿਖੇ ਹੁੰਦੇ ਨੇ ਸੋ ਔਰਤ ਦੇ ਲਈ ਅਸੀਂ ਤੈਅ ਕਰ ਦਿੰਦੇ ਹਾਂ ਵੀ ਗੂੜੇ ਰੰਗ ਦੇ ਕੱਪੜੇ ਨਹੀਂ ਪਾਊ ਕੱਡੇ ਮੱਡੇ ਸੂਟ ਨਹੀਂ ਪਾਉਗੇ ਖੁਸ਼ ਨਹੀਂ ਹੋਊਗੇ ਆਪਣਾ ਖਾਣ ਪੀਣ ਦਾ ਕੋਈ ਚਾਹ ਨਹੀਂ ਜ਼ਾਹਿਰ ਕਰੋਗੇ ਖਿੜਖਿੜ ਕਰਕੇ ਹੱਸੂਗੀ ਨਹੀਂ ਹਨਾ ਪਰ ਬੰਦੇ ਦੇ ਉੱਪਰ ਇੱਕ ਮਾਨਸਿਕ ਦਬਾਅ ਪਾ ਬਣਾ ਦਿੰਦੇ ਆ ਕਿ ਤੂੰ ਇਹ ਨਹੀਂ ਕਹਿ ਸਕਦਾ ਕਿ ਤੈਨੂੰ ਫਰਕ ਪਿਆ ਤੂੰ ਦਿਖਾ ਵੀ ਨਹੀਂ ਸਕਦਾ ਕਿਸੇ ਨੂੰ ਮਹਿਸੂਸ ਹੀ ਨਹੀਂ ਹੋਣਾ ਚਾਹੀਦਾ ਫਿਰ ਤੂੰ ਬੰਦਾ ਥੋੜੀ ਰਹਿ ਗਿਆ ਬੰਦੇ ਤਾਂ ਚੱਲ ਜਾਂਦੇ ਹੁੰਦੇ ਨੇ ਬੰਦੇ ਤਾਂ ਸਹਿ ਜਾਂਦੇ ਹੁੰਦੇ ਨੇ ਹਨਾ ਸੋ ਇੱਕ ਔਰਤ ਤੇ ਉਹ ਪ੍ਰੈਸ਼ਰ ਹੁੰਦਾ ਸਮਾਜਿਕ ਦਬਾਅ ਹੁੰਦਾ ਆ ਤੇ ਬੰਦੇ ਦੇ ਉੱਪਰ ਮੈਨੂੰ ਲੱਗਦਾ ਆ ਆਪਾਂ ਸਮਾਜਿਕ ਨਾਲੋਂ ਆਪਾਂ ਮਾਨਸਿਕ ਦਬਾਅ ਜ਼ਿਆਦਾ ਬਣਾ ਕੇ ਰੱਖਦੇ ਆ ਸੋ ਜਿਵੇਂ ਇੱਕ ਔਰਤ ਦਾ ਉਸ ਮੌਕੇ ਅਸੀਂ ਦੁੱਖ ਸੁੱਖ ਸੁਣਦੇ ਆ ਫਰੋਲਦੇ ਆ ਤਾਂ ਬੰਦੇ ਦੇ ਨਾਲ ਵੀ ਉਹਦੀ ਜਨਾਨੀ ਦੇ ਤੁਰ ਜਾਣ ਮਗਰੋਂ ਮੈਨੂੰ ਲੱਗਦਾ ਕਿ ਸਾਨੂੰ ਉਵੇਂ ਹੀ ਗੱਲ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਹੌਸਲੇ ਇੱਕ ਔਰਤ ਨੂੰ ਮਹਿਸੂਸ ਕਰਦੇ ਕਿ ਦੇਣਾ ਚਾਹੀਦਾ ਤਾਂ ਇੱਕ ਬੰਦੇ ਨੂੰ ਵੀ ਉਵੇਂ ਹੀ ਦੇਣਾ ਚਾਹੀਦਾ ਹੈ ਕਿ ਹੁਣ ਤੂੰ ਹੀ ਆਪਣੇ ਬੱਚਿਆਂ ਦੇ ਲਈ ਮਾਂ ਵੀ ਹੈਂ ਤੇ ਪਿਓ ਵੀ ਹੈਂ ਬਿਲਕੁਲ ਸੋ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਅੱਗੇ ਹੌਸਲੇ ਦੇ ਨਾਲ ਤੋਰ ਸਕੇ ਆਪਣੇ ਬੱਚਿਆਂ ਨੂੰ ਉੰਨੀ ਹੀ ਜ਼ਿਆਦਾ ਮਿਹਨਤ ਦੇ ਨਾਲ ਜਾਂ ਫਿਰ ਉੰਨੀ ਹੀ ਜ਼ਿਆਦਾ ਦਲੇਰੀ ਦੇ ਨਾਲ ਪਾਲ ਸਕੇ ਜਿੰਨਾ ਕਿ ਉਹਨਾਂ ਨੇ ਦੋਨਿਆਂ ਨੇ ਇਕੱਠੇ ਹੋ ਕੇ ਪਾਲਣਾ ਸੀਗਾ ਗੁਰਦੀਪ ਇਹ ਚੀਜ਼ ਆ ਇੱਕ ਇਸ ਤੋਂ ਵੀ ਮੈਨੂੰ ਇਹ ਭਿਆਨਕ ਲੱਗਦਾ ਹੁੰਦਾ ਜਦੋਂ ਆਪਾਂ ਆਲੇ ਦੁਆਲੇ ਸੁਣਦੇ ਆ ਵੀ ਮੰਨ ਲਓ ਅ ਪਹਿਲਾਂ ਮੈਂ ਕਿਸੇ ਬੰਦੇ ਤੋਂ ਸ਼ੁਰੂ ਕਰਦੀ ਆ ਨਾ ਵੀ ਜੇ ਬੰਦੇ ਨਾਲ ਇਹੋ ਜਿਹਾ ਕੋਈ ਹਾਦਸਾ ਹੋ ਵਾਪਰ ਗਿਆ ਕਿ ਔਰਤ ਚਲੀ ਗਈ ਤਾਲੂਕੀ ਉਹਨੂੰ ਕਿਸੇ ਇੱਥੋਂ ਤੱਕ ਵੀ ਉਹਦੇ ਕਲੀਗ ਨਾਲ ਵੀ ਜੇ ਉਹ ਜ਼ਿਆਦਾ ਗੱਲ ਕਰ ਰਿਹਾ ਜ਼ਰੂਰੀ ਨਹੀਂ ਵੀ ਉਹ ਸਿਰਫ ਇੱਕ ਮੇਲ ਕਲੀਗ ਨੂੰ ਹੀ ਆਪਣੀ ਸਥਿਤੀ ਆ ਜਿਹੜੀ ਦੱਸ ਸਕਦਾ ਹਨ ਉਹ ਕਿਸੇ ਫੀਮੇਲ ਨਾਲ ਗੱਲ ਕਰ ਰਿਹਾ ਜਾਂ ਉਹ ਪਿੰਡ ਚੋ ਹੀ ਕਿਸੇ ਨਾਲ ਜਿਹਨੂੰ ਲੱਗਦਾ ਉਹਨੂੰ ਕਿ ਮੈਂ ਆਪਣੀ ਸਥਿਤੀ ਜ਼ਿਆਦਾ ਵਧੀਆ ਸਮਝਾ ਸਕਦਾ ਰਿਸ਼ਤੇਦਾਰੀ ਚੋ ਸਮਝਾ ਸਕਦਾ ਤਾਂ ਮੈਨੂੰ ਲੱਗਦਾ ਕਿ ਲੋਕ ਉੱਥੇ ਵੀ ਗੱਲਾਂ ਕਰਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਹਨਾ ਵੀ ਹੁਣ ਇਹ ਦਿਨ ਇਹਦੇ ਨਾਲ ਪਤਾ ਨਹੀਂ ਕੀ ਨੇੜਤਾ ਔਰਤਾਂ ਲਈ ਇਸ ਤੋਂ ਵੀ ਜ਼ਿਆਦਾ ਔਖਾ ਹੋ ਜਾਂਦਾ ਵੀ ਉਹੀ ਔਰਤ ਜਿਹੜੀ ਪਹਿਲਾਂ ਘਰ ਚ ਆਪਣੇ ਦਿਓਰ ਨਾਲ ਖੁੱਲ ਕੇ ਗੱਲ ਕਰ ਸਕਦੀ ਸੀ ਆਪਣੇ ਜੇਠ ਨਾਲ ਖੁੱਲ ਕੇ ਗੱਲ ਕਰ ਸਕਦੀ ਸੀ ਇੱਥੋਂ ਤੱਕ ਵੀ ਜੇ ਉਹ ਆਪਣੇ ਘਰ 'ਚ ਸਹੁਰੇ ਨਾਲ ਵੀ ਕੋਈ ਆਪਣੇ ਮਾਨਸਿਕ ਤਣਾਅ ਦੀ ਗੱਲ ਕਰਦੀ ਆ ਘਰ ਵਾਲੇ ਤੋਂ ਬਾਅਦ ਹਨਾ ਤਾਂ ਉਹੀ ਔਰਤ ਜਿਹੜੀ ਪਹਿਲਾਂ ਬਿਨਾਂ ਕਿਸੇ ਡਰ ਤੋਂ ਗੱਲ ਕਰਦੀ ਸੀ ਆਪਣੇ ਘਰ ਵਾਲੇ ਦੇ ਤੁਰ ਜਾਣ ਤੋਂ ਬਾਅਦ ਲੋਕ ਉਹਨੂੰ ਉਹਨਾਂ ਰਿਸ਼ਤਿਆਂ 'ਚ ਵੀ ਜੱਜ ਕਰਨ ਲੱ ਆ ਜਾਂਦੇ ਨੇ ਵੀ ਲੈ ਇਹਦੀ ਤਾਂ ਦਿਓਰ ਨਾਲ ਹੁਣ ਬਹੁਤ ਜ਼ਿਆਦਾ ਬਣਦੀ ਆ ਇਹਦੀ ਤਾਂ ਫਲਾਣੇ ਬੰਦੇ ਨਾਲ ਬਹੁਤ ਜ਼ਿਆਦਾ ਬਣਦੀ ਆ ਹਨਾ ਇਹਦਾ ਤਾਂ ਕੁਲੀਗ ਜਿਹੜਾ ਉਹਦੇ ਨਾਲੇ ਬਹੁਤ ਜ਼ਿਆਦਾ ਗੱਲ ਕਰਦੀ ਆ ਤਾਂ ਉੱਥੇ ਮੇਨਾਲਾ ਵੀ ਇਹ ਸਮਝਣ ਦੀ ਬਜਾਏ ਵੀ ਹੁਣ ਉਹ ਕੱਲੀ ਰਹਿ ਗਈ ਆ ਉਹਦੀ ਲੋੜ ਆ ਜਿਹੜੀ ਕਿਸੇ ਤੱਕ ਵੀ ਹੋ ਸਕਦੀ ਆ ਉਹਦੇ ਨਿਆਣਿਆਂ ਦੇ ਮਾਮਲੇ 'ਚ ਵੀ ਹੋ ਸਕਦੀ ਆ ਉਹਦੇ ਘਰ ਦੇ ਮਾਮਲੇ 'ਚ ਵੀ ਹੋ ਸਕਦੀ ਆ ਹਨਾ ਤਾਂ ਉੱਥੇ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਕਹਿਣਾ ਸ਼ੁਰੂ ਕਰ ਦਿੰਦੇ ਨੇ ਮੈਂ ਦੇਖਿਆ ਸਾਡੀ ਇੱਕ ਰਿਸ਼ਤੇਦਾਰੀ ਚ 3-4 ਸਾਲ ਪਹਿਲਾਂ ਡੈਥ ਹੋਈ ਤਾਂ ਉਹ ਜਿਹੜੇ ਭੈਣ ਜੀ ਨੇ ਉਹ ਆਪਣੇ ਦਿਓਰ ਨਾਲ ਸਕੂਲ ਜਾਂਦੇ ਸੀਗੇ ਤੇ ਉੱਥੇ ਵੀ ਬਹੁਤ ਸਾਰੇ ਰਿਸ਼ਤੇਦਾਰ ਇਹੀ ਕਹਿਣਾ ਮਤਲਬ ਜਿਨ੍ਹਾਂ ਨੂੰ ਵੀ ਆਪਾਂ ਕਹਿੰਦੇ ਆ ਵੀ ਘਰ ਵਾਲੇ ਦੇ ਹੁੰਦੇ ਵੀ ਇਹ ਤਾਂ ਤੇਰੇ ਭਰਾਵਾਂ ਵਰਗਾ ਰਿਸ਼ਤਾ ਹਨ ਤੇ ਤੁਸੀਂ ਸਾਰੇ ਰਲ ਕੇ ਰਹੋ ਤੁਸੀਂ ਇਕੱਠੇ ਰਹੋ ਤਾਂ ਉੱਥੇ ਲੋਕ ਹੁਣ ਉਹਨਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਵੀ ਲੈ ਇਹ ਸਕੂਟੀ ਨਹੀਂ ਲੈ ਸਕਦੀ ਇਹ ਇਹਨੂੰ ਕਿਉਂ ਸਕੂਲ ਛੱਡ ਕਿਉਂਦਾ ਹਨਾ ਜਾਂ ਇਹ ਆਪਣੇ ਆਪ ਨਹੀਂ ਜਾ ਸਕਦੀ ਤਾਂ ਮੈਨੂੰ ਲੱਗਦਾ ਉਸ ਵਕਤ ਉਹਦੀਆਂ ਲੋੜਾਂ ਸੱਚੀ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਵੀ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਉਲਟਾ ਨਹੀਂ ਜੋ ਘਰੋਂ ਕੱਲੀ ਨਿਕਲਦੀ ਸੀ ਪਹਿਲਾਂ ਇੱਕ ਵਾਰ ਹਨਾ ਤਾਂ ਲੋਕੀ ਉਹਨੂੰ ਕੋਈ ਨਹੀਂ ਸੀ ਦੇਖਦਾ ਜਦੋਂ ਹੁਣ ਉਹਨੂੰ ਪਤਾ ਵੀ ਮੇਰਾ ਬੰਦਾ ਸਿਰ ਤੇ ਨਹੀਂ ਹੈਗਾ ਉਹ ਘਰੋਂ ਦੋ ਜਾਂ ਤਿੰਨ ਵਾਰ ਆਪਣੇ ਕੰਮਾਂ ਲਈ ਨਿਕਲਦੀ ਆ ਤਾਂ ਲੋਕ ਕਹਿੰਦੇ ਲੈ ਤਾਂ ਹੁਣ ਫਿਰਨੇ ਤੂੰ ਬਿੱਲੀ ਫਿਰਦੀ ਆ ਹਾਂ ਸਹੀ ਗੱਲ ਹੈ ਹਨਾ ਡਾਕਟਰ ਮੰਜੂ ਵਰਮਨ ਨੂੰ ਆਪਾਂ ਮਿਲੇ ਸੀ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਵੀ ਮੇਰੇ ਪਤੀ ਦੇ ਮੌਤ ਤੋਂ ਬਾਅਦ ਮੇਰੀ ਇਹ ਮਜਬੂਰੀ ਬਣ ਗਈ ਸੀ ਵੀ ਮੈਨੂੰ ਬਿਨਾਂ ਕੰਮ ਤੋਂ ਵੀ ਆਪਣੇ ਨਿਆਣਿਆਂ ਨੂੰ ਆਪਣੇ ਨਾਲ ਲਿਜਾਣਾ ਪੈਂਦਾ ਸੀਗਾ ਵੀ ਕਿਤੇ ਲੋਕ ਇਹ ਨਾ ਕਹਿਣ ਵੀ ਇਹ ਕੱਲੀ ਪਤਾ ਨਹੀਂ ਕਿੱਥੇ ਤੁਰੇ ਫਿਰਦੀ ਹੈ ਹਨਾ ਕਹਿੰਦੇ ਮੈਂ ਤੁਰ ਕੇ ਯੂਨੀਵਰਸਿਟੀ ਜਾਂਦੀ ਸੀ ਪਰ ਮੈਂ ਕਦੀ ਆਪਣੇ ਕਿਸੇ ਕਲੀਕ ਤੋਂ ਲਿਫਟ ਨਹੀਂ ਸੀ ਲੰਦੀ ਵੀ ਇਹ ਨਹੀਂ ਸੀ ਵੀ ਉਹਨਾਂ ਦੀਆਂ ਨਜ਼ਰਾਂ ਮੇਰੇ ਲਈ ਸਾਫ਼ ਨਹੀਂ ਸੀ ਇਹ ਸੀ ਕਿ ਮੈਨੂੰ ਲੋਕ ਕੀ ਕਹਿਣਗੇ ਹਨਾ ਤਾਂ ਮੈਨੋਲਾਦਵੀ ਅਸੀਂ ਸੱਚੀ ਕਿੰਨਾ ਮਾਨਸਿਕ ਤੌਰ ਤੇ ਬੰਦੇ ਨੂੰ ਤੰਗ ਕਰ ਦਿੰਦੇ ਆ ਵੀ ਉਹ ਪੌਣ ਤੋਂ ਪਹਿਲਾਂ ਖਾਣ ਤੋਂ ਪਹਿਲਾਂ ਹੱਸਣ ਤੋਂ ਪਹਿਲਾਂ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਸੋਚਣ ਲੱਗ ਜਾਂਦਾ ਹੈ ਨਾ ਅਸੀਂ ਤੁਹਾਨੂੰ ਲੱਗ ਵੀ ਕੈਦ ਬਣ ਜਾਂਦੀ ਆ ਬੰਦੇ ਲਈ ਇੱਕ ਬਿਲਕੁਲ ਮੇਰੇ ਇੱਕ ਮਾਸੀ ਜੀ ਨੇ ਮਾਸੜ ਜੀ ਨੂੰ ਗੁਜ਼ਰਿਆ ਬਹੁਤ ਸਾਲ ਹੋ ਗਏ ਤਾਂ ਉਹ ਅੱਜ ਵੀ ਹਰੇਕ ਵਿਆਹ ਤੇ ਰੋਂਦੇ ਨੇ ਮਤਲਬ ਚਾਹੇ ਉਹਨਾਂ ਦੀ ਪੋਤੀਆਂ ਦੇ ਵਿਆਹ ਹੋਏ ਚਾਹੇ ਉਹਨਾਂ ਦੇ ਬੱਚਿਆਂ ਦੇ ਤੇ ਉਹ ਮਾਸੜ ਜੀ ਦੀ ਫੋਟੋ ਉਹਨਾਂ ਨੇ ਹਰੇਕ ਵੀਡੀਓ 'ਚ ਦਿਖਾਉਣੀ ਹੁੰਦੀ ਆ ਜ਼ਰੂਰੀ ਤੇ ਉਹ ਹਰ ਵਿਆਹ ਤੇ ਰੋਂਦੇ ਨੇ ਤਾਂ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਵੀ ਸ਼ਾਇਦ ਉਹ ਆਪ ਭੁੱਲ ਚੁੱਕੇ ਹੋਣਗੇ ਪਰ ਆਲਾ ਦਵਾੜਾ ਜਿਹੜਾ ਉਹਨਾਂ ਨੂੰ ਭੁੱਲਣ ਨਹੀਂ ਦੇ ਰਿਹਾ ਹਾਂ ਹੁਣ ਇਹ ਬਿਲਕੁਲ ਸਹੀ ਗੱਲ ਆ ਤੁਹਾਡੀ ਕਿਉਂਕਿ ਸਾਡੇ ਘਰ 'ਚ ਐਵੇਂ ਹੁੰਦਾ ਹੁਣ ਸਾਡੇ ਤਿੰਨਾਂ ਭੈਣ ਭਰਾਵਾਂ ਦੇ ਵਿਆਹ ਹੋਏ ਹਨ ਗਾਂ ਭਤੀਜੇ ਦੀ ਲੋੜੀ ਵੀ ਆਈ ਸਾਡੇ ਘਰ 'ਚ ਜਦੋਂ ਵੀ ਕੋਈ ਖੁਸ਼ੀ ਦਾ ਟਾਈਮ ਆਉਂਦਾ ਹਨਾ ਤਾਂ ਸਾਰਿਆਂ ਨੇ ਆ ਕੇ ਮਤਲਬ ਫਾਦਰ ਸਾਹਿਬ ਦੀ ਗੱਲ ਜ਼ਰੂਰ ਕਰਨੀ ਹੁੰਦੀ ਆ ਮੰਮੀ ਮਤਲਬ ਸਾਰਾ ਕੁਝ ਇਹ ਨਹੀਂ ਹੈ ਕਿ ਸਾਡੇ ਦਿਲ 'ਚ ਹੁੰਦਾ ਨਹੀਂ ਸਗਤੇ ਖੁਸ਼ੀ ਦੇ ਮੌਕੇ ਤੁਹਾਨੂੰ ਬੰਦਾ ਗਿਆ ਬੰਦਾ ਬਹੁਤ ਜ਼ਿਆਦਾ ਯਾਦ ਆਉਂਦਾ ਹੈ ਨਾ ਵੀ ਜੇ ਅੱਜ ਉਹ ਹੁੰਦੇ ਤਾਂ ਮਤਲਬ ਖੁਸ਼ੀ ਇਦੋਂ ਦੁੱਗਣੀ ਹੋਣੀ ਸੀਗੀ ਜਾਂ ਅੱਜ ਦਾ ਦਿਨ ਸਾਨੂੰ ਕੁਝ ਹੋਰ ਲੱਗਣਾ ਸੀਗਾ ਹਨਾ ਤਾਂ ਉਹ ਬੰਦਾ ਬਹੁਤ ਔਖਾ ਆਪਣੇ ਆਪ ਨੂੰ ਸਮੇਟ ਕੇ ਉਸ ਮੌਕੇ ਕਾਰਜ ਕਰਦਾ ਤੁਰਿਆ ਫਿਰਦਾ ਹੁੰਦਾ ਹਨਾ ਪਰ ਤੁਸੀਂ ਇੱਕ ਆ ਕਿ ਸੜੀ ਜੀ ਗੱਲ ਕਹਿ ਕੇ ਹਨਾ ਵੀ ਜੇ ਅੱਜ ਉਹ ਹੁੰਦਾ ਤੁਸੀਂ ਇਹ ਦੇਖੋ ਵੀ ਉਹਦਾ ਪਰਿਵਾਰ ਪਿੱਛੇ ਤੁਹਾਡੇ ਨਾਲੋਂ ਜ਼ਿਆਦਾ ਜ਼ਰੂਰਤ ਉਹਦੇ ਪਰਿਵਾਰ ਨੂੰ ਆ ਇਸ ਮੌਕੇ ਉਹਦਾ ਪਰਿਵਾਰ ਕਮਿਟਡ ਬਣ ਕੇ ਤੁਰਿਆ ਫਿਰਦਾ ਹੋਣਾ ਹਨ ਤੁਸੀਂ ਇਸ ਮੌਕੇ ਉਹ ਗੱਲਾਂ ਜਾ ਕੇ ਛੇੜਨੀ ਮੈਨੂੰ ਨਹੀਂ ਲੱਗਦਾ ਕਿ ਜ਼ਰੂਰੀ ਹੁੰਦੀਆਂ ਨੇ ਕਿ ਕਿਹੜਾ ਉਹ ਟੱਬਰ ਹੁੰਦਾ ਵਾ ਜਿਹਨੂੰ ਆਪਦਾ ਗਿਆ ਮਾਪਾ ਭੁੱਲ ਜਾਂਦਾ ਹੁੰਦਾ ਜਾਂ ਜਿਹਨੂੰ ਆਪਣਾ ਗਿਆ ਹਮਸਫਰ ਭੁੱਲ ਜਾਂਦਾ ਹੁੰਦਾ ਹਨ ਉਹ ਵੀ ਖਾਸ ਤੌਰ ਤੇ ਉਹਨਾਂ ਮੌਕਿਆਂ ਦੇ ਉੱਪਰ ਜਦੋਂ ਉਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੁੰਦਾ ਹੈ ਨਾ ਉੱਥੇ ਤੁਸੀਂ ਚਾਹੁੰਦੇ ਹੋ ਕਿ ਕਾਸ਼ ਤੁਹਾਡਾ ਪੂਰਾ ਪਰਿਵਾਰ ਇੱਥੇ ਹਾਜ਼ਰ-ਨਾਜ਼ਰ ਹੁੰਦਾ ਹਨਾ ਤਾਂ ਇਹ ਦਿਨ ਹੋਰ ਵੀ ਸੋਹਣਾ ਲੱਗਣਾ ਸੀਗਾ ਪਰ ਨਹੀਂ ਪਰ ਸਾਡੀਆਂ ਉਹ ਆਦਤਾਂ ਨੇਗੇਆਂ ਵੀ ਅਸੀਂ ਕਿਸੇ ਨੂੰ ਨਾ ਖੁਸ਼ ਦੇਖ ਕੇ ਵੀ ਨਹੀਂ ਜਾਂਦੇ ਹੈਗੇ ਜੇ ਕੋਈ ਬਹੁਤ ਜ਼ਿਆਦਾ ਰੋਂਦਾ ਹੈ ਤਾਂ ਕਹਿੰਦੇ ਹੁਣ ਇਹ ਬਸ ਹਟਦੇ ਹੀ ਨਹੀਂ ਹੈਗੇ ਹੈ ਨਾ ਹੁਣ ਇਹ ਡਰਾਮੇ ਕੀ ਕੀ ਜਾਂਦੇ ਨੇ ਹੁਣ ਇਹ ਨਾਟਕੀ ਕੀ ਕੀ ਜਾਂਦੇ ਨੇ ਸੋ ਸਾਡੇ ਨਾਲ ਅਕਸਰ ਇਦਾਂ ਹੀ ਹੋਇਆ ਸਾਡੇ ਤਿੰਨੇ ਭੈਣ ਭਰਾਵਾਂ ਦੇ ਪਰਿਵਾਰ ਤੇ ਜਦੋਂ ਉਸ ਤੋਂ ਬਾਅਦ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਆਇਆ ਪਰਿਵਾਰ ਦੇ ਵਿੱਚ ਅਸੀਂ ਸੈਲੀਬ੍ਰੇਟ ਕੀਤਾ ਤਾਂ ਸਭ ਤੋਂ ਪਹਿਲਾਂ ਆ ਕੇ ਮਤਲਬ ਹੁੰਦਾ ਹੀ ਸੀ ਕੋਈ ਨਾ ਕੋਈ ਇੱਕ ਅੱਧਾ ਜਾਣਾ ਤਾਂ ਆ ਕੇ ਵਿੱਚ ਨੂੰ ਕਹਿ ਦੇਣਾ ਵੀ ਜੇ ਆ ਜੋ ਹੁੰਦਾ ਹਨਾ ਤਾਂ ਉੱਥੇ ਬੰਦੇ ਦਾ ਕਿੱਡਾ ਸਬਰ ਦਾ ਬੰਨ ਟੁੱਟਦਾ ਜਿਹੜਾ ਬੰਦਾ ਸਵੇਰ ਦਾ ਜਾਂ ਇੰਨੇ ਦਿਨਾਂ ਦਾ ਆਪਦੇ ਆਪ ਨੂੰ ਅੰਦਰ ਹਨਾ ਇਕੱਠਾ ਕਰਕੇ ਸਹਜ ਦੇ ਨਾਲ ਤੁਰਿਆ ਫਿਰਦਾ ਵੀ ਨਹੀਂ ਠੀਕ ਆ ਜੇ ਮਹਾਰਾਜ ਨੇ ਇੰਨਾ ਸੁਣਾ ਦਿਨ ਲੈ ਕੇ ਆਂਦਾ ਤਾਂ ਅਸੀਂ ਚਿੱਤੇ 'ਚ ਤੁਸੀਂ ਉਹਨੂੰ ਰੱਖਦੇ ਹੋ ਪਰ ਹਾਂ ਅਸੀਂ ਮਤਲਬ ਨੰਗਾਉਣੀਏ ਇਹ ਚੀਜ਼ ਸੋਣਾ ਟਾਈਮ ਸਾਡੇ ਤੇ ਲੈ ਕੇ ਆਂਦਾ ਤੁਸੀਂ ਕੁ ਸ਼ੁਕਰਾਨੇ ਵਜੂ ਤੁਰੇ ਫਿਰਦੇ ਹੁੰਨੇ ਹੋ ਹਨਾ ਪਰ ਨਹੀਂ ਪਰ ਸਾਡੀਆਂ ਉਹੀ ਆਦਤਾਂ ਨਹੀਂ ਗਈਆਂ ਵੀ ਤੁਹਾਨੂੰ ਹਰ ਮੌਕੇ ਗਿਆ ਬੰਦਾ ਯਾਦ ਹੋਣਾ ਚਾਹੀਦਾ ਤੇ ਸਾਨੂੰ ਇਹ ਲੱਗਦਾ ਕਿ ਯਾਦ ਸਾਨੂੰ ਉਦੋਂ ਹੀ ਹੁੰਦਾ ਜਦੋਂ ਅਸੀਂ ਰੋਣਿਆਂ ਬੈ ਕੇ ਹੂੰ ਇਹ ਨਹੀਂ ਹੁੰਦਾ ਹੈਗਾ ਰੋਣਾ ਜ਼ਰੂਰੀ ਨਹੀਂ ਹੁੰਦਾ ਹੈਗਾ ਪਰ ਉਹ ਤੁਹਾਡੇ ਦਿਲ 'ਚ ਤੁਸੀਂ ਦੇਖੋ ਤੁਹਾਡੇ ਪਰਿਵਾਰ ਦਾ ਇੱਕ ਬਹੁਤ ਅਹਿਮ ਹਿੱਸਾ ਸੀ ਬਹੁਤ ਅਹਿਮ ਮੈਂਬਰ ਆ ਜਿਹਦੋਂ ਨਹੀਂ ਰਹਿੰਦਾ ਤਾਂ ਹੋ ਸਕਦਾ ਕਿ ਤੁਹਾਨੂੰ ਉਹ ਕਦੇ ਯਾਦ ਨਾ ਆਇਆ ਹੋਵੇ ਬਿਲਕੁਲ ਹਨ ਪਰ ਉਹੀ ਹੁੰਦਾ ਵੀ ਅਸੀਂ ਜ਼ਰੂਰੀ ਸਮਝ ਲੈਣੇ ਆ ਵੀ ਇਹਨੂੰ ਜ਼ਾਹਿਰ ਕਰਨਾ ਬਹੁਤ ਜ਼ਰੂਰੀ ਹੈ ਤੇ ਜ਼ਾਹਿਰ ਆ ਜਿਹੜਾ ਉਹ ਰੋ ਕੇ ਉਦਾਸ ਹੋ ਕੇ ਸਾਦੇ ਕੱਪੜਿਆਂ ਲੀੜਿਆਂ 'ਚ ਸਾਦੇ ਖਾਣ ਪਾਣ ਦੇ ਨਾਲ ਹੀ ਦਿਖਾਇਆ ਜਾ ਸਕਦਾ ਵਾ ਹਨ ਗੁਰਦੀਪ ਮੈਨੂੰ ਤਾਂ ਇਹੀ ਲੱਗਦਾ ਵੀ ਆਪਾਂ ਨੂੰ ਸੱਚੀ ਮਤਲਬ ਇਹੋ ਜੇ ਬਹੁਤ ਸਾਰੇ ਲੋਕਾਂ ਨੂੰ ਇੱਕ ਇੱਕ ਮੋਰਲ سپورਟ ਦੇਣੀ ਚਾਹੀਦੀ ਆ ਹਨ ਸਾਡੇ ਪਿੰਡ ਇੱਕ ਆਂਟੀ ਸੀਗੇ ਉਹਨਾਂ ਦਾ ਬੇਟਾ 5-6 ਮਹੀਨੇ ਦਾ ਸੀ ਤਾਂ ਉਹਨਾਂ ਦੀ ਚਾਚਾ ਜੀ ਦੀ ਮਤਲਬ ਡੈਥ ਹੋ ਗਈ ਹਨ ਤਾਂ ਉਹਨਾਂ ਨੇ ਕੀ ਕੀਤਾ ਵੀ ਉਹ ਸਾਰੀ ਉਮਰ ਆਪਣੇ ਸ਼ਰੀਕੇ ਚ ਬੈਠੇ ਰਹੇ ਜਿੰਨਾ ਕ ਖਰਚਾ ਮਿਲਦਾ ਸੀ ਉਹ ਸਾਵਨਾ ਕਰਦੇ ਸੀ ਤਾਇਆ ਚਾਚਿਆਂ ਨੇ ਜਿਹੜਾ ਨਿਆਣੇ ਲਈ ਫੈਸਲਾ ਕੀਤਾ ਉਹ ਮੰਨਦੇ ਰਹੇ ਕੀਰੋਂ ਮਰਤੇ ਹੋਇਆ ਵੀ ਜਿਹੜੇ ਬੱਚੇ ਦੇ ਆਸਰੇ ਉਹਨਾਂ ਨੇ ਸਾਰੀ ਜ਼ਿੰਦਗੀ ਕੱਢੀ ਸੀਗੀ ਉਹ ਨਿਆਣਾ ਹੌਲੀ ਹੌਲੀ ਡਰੱਗ ਲੈਣ ਲੱਗ ਗਿਆ ਤੇ ਉਹ ਮੈਨੂੰ ਲੱਗਦਾ ਉਸ ਤੋਂ ਵੀ ਜ਼ਿਆਦਾ ਤੰਗ ਹੋ ਗਏ ਜ਼ਿੰਦਗੀ 'ਚ ਜਿੰਨਾ ਉਹ ਸ਼ਾਇਦ ਚਾਚਾ ਜੀ ਦੇ ਮਰਨ ਤੋਂ ਬਾਅਦ ਨਹੀਂ ਸੀ ਹੋਏ ਹਨ ਤਾਂ ਮੈਨੂੰ ਲੱਗਦਾ ਉੱਥੇ ਚਾਹੇ ਮਰਦਾ ਚਾਹੇ ਔਰਤ ਜ਼ਿੰਦਗੀ 'ਚ ਜੋ ਚੀਜ਼ ਤੁਹਾਡੇ ਨਾਲ ਵਾਪਰ ਗਈ ਉਹ ਕੁਦਰਤ ਦੀ ਕਰਨੀ ਕਰਕੇ ਮੰਨ ਲਓ ਚਾਹੇ ਆਪਣੀ ਜ਼ਿੰਦਗੀ ਕਰਕੇ ਮੰਨ ਲਓ ਹਨਾ ਪਰ ਉਸ ਤੋਂ ਬਾਅਦ ਕਮ ਸੇ ਕਮ ਇੰਨਾ ਜ਼ਿਆਦਾ ਤੁਸੀਂ ਦਲੇਰੀ ਨਾਲ ਖੜੇ ਹੋਵੋ ਵੀ ਆਪਣੇ ਨਿਆਂਿਆਂ ਦੇ ਫੈਸਲੇ ਆਪਣੀ ਜ਼ਿੰਦਗੀ ਦਾ ਫੈਸਲਾ ਤੁਹਾਨੂੰ ਆਪ ਕਰਨਾ ਆਉਣਾ ਚਾਹੀਦਾ ਹੈ ਨਾ ਇਹ ਨਹੀਂ ਹੈਗਾ ਕਿ ਤੁਸੀਂ ਲੋਕਾਂ ਵੱਲ ਦੇਖਦੇ ਰਹੋ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਪੜੀਆਂ ਲਿਖਿਆ ਨੇ ਉਸ ਤੋਂ ਬਾਅਦ ਨੌਕਰੀ ਕਰਦੇ ਨੇ ਲੋਕ ਤਾਂ ਉਹਨਾਂ ਬਾਰੇ ਵੀ ਗੱਲਾਂ ਕਰਦੇ ਨੇ ਵੀ ਲੈ ਇਹਨੂੰ ਕਿਹੜਾ ਕਿਸੇ ਤੋਂ ਮੰਗਣ ਦੀ ਜ਼ਰੂਰਤ ਆ ਹੈ ਨਾ ਇਹਨੂੰ ਕੀ ਔਕ ਹੋਈ ਉਹਦੇ ਮਰਨ ਤੋਂ ਬਾਅਦ ਮੈਨੂੰ ਲੱਗਦਾ ਵੀ ਸਮਾਜ ਕੋਲੇ ਨਾ ਇੱਕ ਇਹੋ ਜਿਹਾ ਮੀਟਰ ਆ ਵੀ ਤੁਸੀਂ ਕਹਿੰਦੇ ਹੁੰਦੇ ਨੇ ਪੈਰ ਦੀ ਜੁੱਤੀ ਵੀ ਕਿਸੇ ਦੀ ਬਣ ਜਾਓਗੇ ਨਾ ਉਹ ਤੁਹਾਨੂੰ 100 'ਚੋਂ 100 ਨੰਬਰ ਨਹੀਂ ਦੇਵੇਗਾ ਹਨਾ ਤੇ ਇਸ ਲਈ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਤੁਸੀਂ ਇਹ ਸੋਚ ਲਓ ਕਿ ਜ਼ਿੰਦਗੀ 'ਚੋ ਇੱਕ ਇਨਸਾਨ ਗਿਆ ਤੁਹਾਡੀ ਜ਼ਿੰਦਗੀ ਉਹਦੇ ਨਾਲ ਨਹੀਂ ਗਈ ਹਨਾ ਤੇ ਉਸ ਵਕਤ ਤੁਹਾਨੂੰ ਸੱਚੀ ਮਤਲਬ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਆਪਣੇ ਕਿਰਦਾਰ ਦੇ ਕੱਚੇ ਹੋ ਜੋ ਜਾਂ ਤੁਸੀਂ ਇੱਕ ਪਲ ਵੀ ਨਾ ਸੋਚੋ ਵੀ ਤੁਹਾਨੂੰ ਜ਼ਿੰਦਗੀ 'ਚ ਕੀ ਘਾਟਾ ਪਿਆ ਹਨਾ ਆਪਾਂ ਵਾਦੇ ਨੂੰ ਸਿਰਫ ਇੱਕ ਦੋ ਦਿਨ ਸੈਲੀਬ੍ਰੇਟ ਕਰਦੇ ਆਂ ਪਰ ਘਾਟਾ ਜਿਹੜਾ ਹੁੰਦਾ ਤੁਸੀਂ ਤਾਂ ਉਮਰ ਚਾਹੇ 5 ਰੁਪਏ ਦਾ ਵੀ ਹੋਵੇ ਉਹਦੇ ਤੇ ਪਛਤਾਉਨੇ ਆ ਤੇ ਇਨਸਾਨ ਦਾ ਘਾਟਾ ਜਿਹੜਾ ਉਹ ਕੋਈ ਨਹੀਂ ਸਮਝ ਸਕਦਾ ਵੀ ਕਿਹਨੂੰ ਕਿੰਨਾ ਮਹਿਸੂਸ ਹੋ ਰਿਹਾ ਤੇ ਮੈਨੂੰ ਲੱਗਦਾ ਵੀ ਉੱਥੇ ਇਸ ਪਲੇਟਫਾਰਮ ਤੇ ਆਪਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਵੀ ਚਾਹੇ ਕੋਈ ਮਰਦਾ ਚਾਹੇ ਔਰਤ ਆਪਣੀ ਜ਼ਿੰਦਗੀ ਦੇ ਫੈਸਲੇ ਆਪਣੇ ਬੱਚਿਆਂ ਦੇ ਫੈਸਲੇ ਆਪ ਕਰੋ ਇਹ ਸੋਚ ਲਓ ਵੀ ਤੁਹਾਡੀ ਅੱਧੀ ਹਿੰਮਤ ਚਲੀ ਗਈ ਆ ਤੇ ਉਹ ਅੱਧੀ ਹਿੰਮਤ ਆ ਜਿਹੜੀ ਉਹ ਵੀ ਤੁਹਾਨੂੰ ਹੁਣ ਆਪਣੇ ਅੰਦਰ ਲਿਆਉਣੀ ਪੈਣੀ ਆ ਹਨਾ ਉਹ ਸਭ ਕੁਝ ਕਰੋ ਜ਼ਿੰਦਗੀ ਚ ਜੋ ਤੁਸੀਂ ਪਹਿਲਾਂ ਕਰ ਰਹੇ ਸੀਗੇ ਦਲੇਰੀ ਨਾਲ ਖੜੇ ਹੋਵੋ ਵਧੀਆ ਰਿਸ਼ਤੇਦਾਰੀਆਂ ਚ ਜਾਓ ਆਓ ਕੋਈ ਨਹੀਂ ਤੁਹਾਨੂੰ ਪਸੰਦ ਕਰਦਾ ਉੱਥੇ ਬੇਸ਼ੱਕ ਨਾ ਜਾਓ ਹੱਸੋ ਖੇਡੋ ਤੁਹਾਨੂੰ ਇੱਕ ਵਾਰ ਜ਼ਿੰਦਗੀ ਮਿਲੀ ਆ ਦੁਬਾਰਾ ਕਦੇ ਨਹੀਂ ਮਿਲੂਗੀ ਹਨਾ ਉਹ ਲੋਕ ਜਿਨ੍ਹਾਂ ਨੇ ਸਾਰੀ ਉਮਰ ਸੋਗ ਮਨਾਇਆ ਉਹਨਾਂ ਨੂੰ ਦੁਨੀਆ ਨੇ ਹਾਰ પાਕੇ ਨਹੀਂ ਤੋੜਿਆ ਤੇ ਉਹ ਲੋਕ ਜਿਨ੍ਹਾਂ ਨੇ ਜਾਣ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਨੂੰ ਜਿਉਂ ਲਿਆ ਉਹਨਾਂ ਨੂੰ ਲੋਕਾਂ ਨੇ ਕਦੀ ਪੱਥਰ ਨਹੀਂ ਮਾਰੇ ਹਨਾ ਮੂੰਹ ਨਾਲ ਗੱਲਾਂ ਨੇ ਮੈਂ ਤੁਹਾਡੇ ਬਾਰੇ ਜਿੰਨੀ ਮਰਜ਼ੀ ਕਰ ਲਾਂ ਤੁਸੀਂ ਮੇਰੇ ਬਾਰੇ ਜਿੰਨੀ ਮਰਜ਼ੀ ਕਰ ਲਓ ਪਰ ਜੇ ਉਹਨਾਂ ਗੱਲਾਂ ਨੂੰ ਇਗਨੋਰ ਕਰਕੇ ਮੇਰੀ ਜ਼ਿੰਦਗੀ ਵਧੀਆ ਬਣ ਰਹੀ ਆ ਮੇਰੇ ਨਿਆਣਿਆਂ ਦੀ ਵਧੀਆ ਬਣ ਰਹੀ ਆ ਜਾਂ ਕਿਸੇ ਬੰਦੇ ਦਾ ਹਮਸਫਰ ਚਲਾ ਗਿਆ ਉਹਨੇ ਆਪਣੇ ਬੱਚਿਆਂ ਨੂੰ ਤਰੀਕੇ ਨਾਲ ਸੰਭਾਲ ਲਿਆ ਕਿ ਦੀ ਮਾਂ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਤਾਂ ਮੈਨੂੰ ਲੱਗਦਾ ਉਦੋਂ ਤੁਸੀਂ ਦੁਨੀਆ ਜਿੱਤ ਲਈ ਹੈ ਤੁਸੀਂ ਇੱਕ ਜੰਗ ਜਿੱਤ ਲਈ ਹੈ ਨਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਾਹਰ ਕਰ ਦੋ ਕਿ ਦੁਨੀਆ ਤੁਹਾਡੇ ਲਈ ਕੀ ਲੈ ਕੇ ਖੜੀ ਆ ਹੈ ਨਾ ਜੋ ਬੰਦਾ ਤੁਹਾਡੇ ਦੁੱਖ ਚ ਸਾਥ ਨਹੀਂ ਦੇ ਰਿਹਾ ਉਹਦੀਆਂ ਪਵੰਦੀਆਂ ਮੈਨੂੰ ਲੱਗਦਾ ਤੁਹਾਨੂੰ ਆਪਣੀ ਜ਼ਿੰਦਗੀ ਚੋਂ ਸਿਫਰ ਕਰਨੀਆਂ ਚਾਹੀਦੀਆਂ ਨੇ ਬਿਲਕੁਲ ਤੇ ਸਾਡਾ ਇਹੀ ਰੋਲ ਹੋਣਾ ਚਾਹੀਦਾ ਕਿ ਜੇ ਮੇਰੇ ਨਾਲ ਘਟਨਾ ਨਹੀਂ ਵਾਪਰੀ ਸਾਹਮਣੇ ਵਾਲੇ ਦੇ ਨਾਲ ਵਾਪਰੀਆ ਤਾਂ ਮੇਰਾ ਰਵਈਆ ਬਹੁਤ ਜ਼ਿਆਦਾ ਸਹਿਯੋਗੀ ਹੋਣਾ ਚਾਹੀਦਾ ਉਹਨੂੰ ਇਸ ਮੌਕੇ ਤੁਸੀਂ ਦੇਖੋ ਜਿਵੇਂ ਭੈਣ ਨੇ ਕਿਹਾ ਕਿ ਅਸੀਂ ਜ਼ਿੰਦਗੀ ਚ 5 ਰੁਪਏ ਦਾ ਘਾਟਾ ਵੀ ਨਹੀਂ ਜੜ ਸਕਦੇ ਤੇ ਬੰਦੇਆਂ ਦਾ ਘਾਟਾ ਜਰਨਾ ਬਹੁਤ ਔਖਾ ਹੁੰਦਾ ਇਸ ਮੌਕੇ ਅਸੀਂ ਦੂਜੇ ਬੰਦੇ ਨੂੰ ਇੰਨਾ ਹੌਸਲਾ ਦੇਈਏ ਕਿ ਉਹ ਆਪਣੇ ਇਸ ਔਖੇ ਸਮੇਂ ਨੂੰ ਥੋੜਾ ਜਿਹਾ ਥੋੜਾ ਜਿਹਾ ਸੌਖੇ ਹੋ ਕੇ ਕੱਟ ਸਕੇ ਜਾਂ ਉਹਨੂੰ ਕੱਟਣ ਦੇ ਵਿੱਚ ਥੋੜਾ ਜਿਹਾ ਸੌਖ ਰਹੇ ਤੇ ਦੂਸਰੀ ਗੱਲ ਜਿਹੜੀ ਬਹੁਤ ਅਹਿਮ ਆ ਕਿ ਕਈ ਵਾਰ ਜਦੋਂ ਬੱਚੇ ਜਵਾਨ ਹੋ ਜਾਂਦੇ ਨੇ ਵੱਡੇ ਹੋ ਜਾਂਦੇ ਨੇਗੇ ਤਾਂ ਅਕਸਰ ਉਹ ਆ ਆਪਣੀ ਮਾਂ ਨੂੰ ਜਾਂ ਪਿਓ ਨੂੰ ਸ਼ਿਕਾਇਤ ਕਰਦੇ ਨੇ ਵੀ ਤੂੰ ਸਾਡੇ ਲਈ ਕੀ ਕੀਤਾ ਪਰ ਮੈਂ ਕਹਿੰਨੀ ਆ ਕਿ ਚਾਹੇ ਤੁਹਾਡੇ ਪਿਓ ਨੇ ਤੁਹਾਨੂੰ ਇਕੱਲਿਆਂ ਨੂੰ ਪਾਲਿਆ ਚਾਹੇ ਤੁਹਾਡੀ ਮਾਂ ਨੇ ਤੁਹਾਨੂੰ ਇਕੱਲਿਆਂ ਨੂੰ ਪਾਲਿਆ ਤੇ ਇਹੀ ਸਭ ਤੋਂ ਵੱਡੀ ਗੱਲ ਆ ਕਿ ਉਹਨੇ ਇਕੱਲੇ ਨੇ ਜਾਂ ਉਹਨੇ ਇਕੱਲੇ ਨੇ ਤੁਹਾਨੂੰ ਪਾਲ ਕੇ ਇੰਨੇ ਵੱਡੇ ਕਰਤਾ ਅਤੇ ਤੁਹਾਨੂੰ ਆਪਣੀ ਰੋਜੀ ਰੋਟੀ ਕਮਾਉਣ ਯੋਗੇ ਕਰਤਾ ਸੋ ਇਹਨਾਂ ਚੀਜ਼ਾਂ ਨੂੰ ਵੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਮਾਂ-ਬਾਪ ਦੀ ਇੱਜ਼ਤ ਕਰੋ ਆਲੇ-ਦੁਆਲੇ ਦੀ ਇੱਜ਼ਤ ਕਰੋ ਇੱਕ ਦੂਜੇ ਦੇ ਲਈ ਅਸੀਂ ਆਮ ਸਾਥ ਬਣੀਏ ਨਾ ਕਿ ਅਸੀਂ ਇੱਕ ਦੂਜੇ ਦੇ ਜਿਉਣ ਦਾ ਰੋੜਾ ਬਣ ਜਾਈਏ ਤੇ ਇਸ ਤੋਂ ਇਲਾਵਾ ਵੀ ਇੱਕ ਹੋਰ ਜ਼ਰੂਰੀ ਗੱਲ ਹੈ ਉਹ ਇਹ ਕਿ ਜਦੋਂ ਕਿਸੇ ਦਾ ਮੰਨ ਲਓ ਕਿ ਚਲੋ ਬੰਦੇ ਕੋਲ ਤੇ ਪ੍ਰਾਪਰਟੀ ਉਸੇ ਤਰ੍ਹਾਂ ਹੀ ਰਹਿ ਜਾਣੀ ਹੁੰਦੀ ਉਹਦੇ ਘਰ ਵਾਲੀ ਜਾਣ ਤੋਂ ਬਾਅਦ ਪਰ ਘਰ ਵਾਲੀਆਂ ਦੇ ਲਈ ਬਹੁਤ ਔਖਾ ਹੁੰਦਾ ਖਾਸ ਤੌਰ ਤੇ ਜੇ ਉਹਦੇ ਗਾਹਾਂ ਕੁੜੀਆਂ ਹੀ ਹੁੰਦੀਆਂ ਨੇ ਤਨ ਨੂੰ ਪ੍ਰਾਪਰਟੀ ਚੋਂ ਵੀ ਪਰ ਨੇ ਬੇਦਖਲ ਕਰ ਦਿੱਤਾ ਜਾਂਦਾ ਹਨਾ ਤੇ ਇਸ ਮੌਕੇ ਉਹਨੂੰ ਵਿੱਤੀ ਮਦਦ ਦੀ ਉਹਨੂੰ ਮਾਨਸਿਕ ਮਦਦ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੁਸੀਂ ਸੋਚ ਨਹੀਂ ਸਕਦੇ ਸ਼ਾਇਦ ਜਿਹਦੇ ਨਾਲ ਵਾਪਰਦਾ ਉਹੀ ਸੋਚ ਸਕਦਾ ਸੋ ਇਸ ਮੌਕੇ ਕੁੱਲ ਮਿਲਾ ਕੇ ਆਪਾਂ ਕਹਿੰਦੇ ਵੀ ਜਦੋਂ ਕਿਸੇ ਦੇ ਉੱਪਰ ਇਹੋ ਜਿਹੀ ਕੋਈ ਸਥਿਤੀ ਬਣਦੀ ਆ ਤਾਂ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਨਾ ਕਿ ਅਸੀਂ ਉਹਨਾਂ ਨੂੰ ਡੀਮੋਰਾਲਾਈਜ਼ੀ ਕਰਨਾ ਸ਼ੁਰੂ ਕਰ ਦਈਏ ਕਿ ਇੱਕ ਤਾਂ ਚਲਿਆ ਗਿਆ ਹੁਣ ਤੇ ਤੈਨੂੰ ਵੀ ਜਾਣ ਦਾ ਕੋਈ ਹੱਕ ਨਹੀਂ ਆ ਸੋ ਬਿਲਕੁਲ ਸਭ ਨੂੰ ਹੱਕ ਹੁੰਦਾ ਜਿੰਨੇ ਸਾ ਪ੍ਰਮਾਤਮਾ ਨੇ ਦਿੱਤੇ ਨੇ ਉਹਨੇ ਸਭ ਨੂੰ ਲੈਣੇ ਚਾਹੀਦੇ ਨੇ ਅਤੇ ਸਾਨੂੰ ਲੈਣ ਦੇਣੇ ਵੀ ਚਾਹੀਦੇ ਨੇ ਸੋ ਮੈਨੂੰ ਗੁਰਦੀਪ ਗਰੇਵਾਲ ਨੂੰ ਪੰਡ ਰੁਪਿੰਦਰ ਸੰਧੂਰਾ ਨੂੰ ਇਜਾਜ਼ਤ ਦੇ ਦਿਓ ਅਤੇ ਹਮੇਸ਼ਾ ਦੀ ਤਰ੍ਹਾਂ ਸਾਨੂੰ ਉਡੀਕ ਰਹੇਗੀ ਤੁਹਾਡੇ ਸੁਨੇਹਿਆਂ ਦੀ ਤੁਹਾਡੇ ਕਮੈਂਟਸ ਦੀ ਉਮੀਦ ਹੈ ਕਿ ਤੁਸੀਂ ਆਪਣੀ رائے ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੀ ਕਰੋਗੇ ਅਸੀਂ ਅਗਲੇ ਐਤਵਾਰ ਮਿਲਾਂਗੇ ਸੱਚਕਾ